ਔਰ ਮੇਰੇ ਆਸ-ਪਾਸ ਦਾ ਵੀ ਕੁਝ ਮਾਹੌਲ ਇਸ ਤਰ੍ਹਾਂ ਦਾ ਹੀ ਸੀ ਸੋ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਬੱਚੇ ਇਸ ਮਾਹੌਲ ਵਿੱਚ ਇਹੋ ਜਿਹੇ ਤਰੀਕੇ ਨਾਲ ਪਲਣ ਮੈਂ ਆਪਣੇ ਬੱਚਿਆਂ ਨੂੰ ਉਹ ਸੰਸਕਾਰ ਦੇਣਾ ਚਾਹੁੰਦੀ ਸੀ ਜੋ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਸੋ ਮੈਂ ਆਪਣੇ ਬੱਚਿਆਂ ਦੇ ਨਾਲ ਅੰਮ੍ਰਿਤ ਛਕ ਲਿਆ ਔਰ ਪਰਿਵਾਰ 'ਚ ਉਸ ਟਾਈਮ ਕਿਸੇ ਨੂੰ ਦੱਸਿਆ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿਸੇ ਨੇ ਆਗਿਆ ਨਹੀਂ ਦੇਣੀ ਕਿਸੇ ਨੇ ਮੰਨਣਾ ਨਹੀਂ ਨਾ ਜੁੜਨ ਕਰਕੇ ਵੀ ਬੜਾ ਕ੍ਰਿਟੀਸਾਈਜ਼ ਹੋਇਆ ਵੀ ਹਾਂ ਮੈਂ ਕਿਉਂ ਅੰਮ੍ਰਿਸ਼ਕ ਆ ਬੱਚਿਆਂ ਦੀ ਲਾਈਫ ਸਪੋਇਲ ਹੋ ਗਈ ਬੱਚਿਆਂ ਦੇ ਨੈਕਸਟ ਅੱਗੋ ਖਾਣਾ ਪੀਣਾ ਉਹਨਾਂ ਨੇ ਲਾਈਫ ਇੰਜੋਏ ਕਰਨੀ ਹੈ ਬੱਚਿਆਂ ਦੀ ਲਾਈਫ ਨੂੰ ਖਰਾਬ ਕਰਤਾ ਜਾਂ ਆਪਣੀ ਫੈਮਿਲੀ ਵਿੱਚ ਮੈਨੂੰ ਕਾਫੀ ਜ਼ਿਆਦਾ ਕੀਤਾ ਗਿਆ ਇਨਵਰਸ ਵੱਲੋਂ ਵੀ ਸਾਡੇ ਬੱਚੇ ਦੀ ਲਾਈਫ ਮੈਂ ਤਾਂ ਮੇਰੇ ਹਸਬੰਡ ਜਦੋਂ ਉਸ ਟਾਈਮ ਖਾਂਦੇ ਪੀਂਦੇ ਸੀ ਔਰ ਉਹਨਾਂ ਨੂੰ ਸੀ ਵੀ ਹਾਂ ਵੀ ਸਾਡਾ ਬੈਨ ਆਉਟਨਾ ਮੁਸ਼ਕਿਲ ਹੋ ਜਾਏਗਾ ਮੇਰੀ ਜ਼ਿੰਦਗੀ ਵਿੱਚ ਸਮਝੇ ਇਹੀ ਸੀ ਵੀ ਇੱਥੇ ਜੀਣਾ ਹੈ ਇੱਥੇ ਮਰਨਾ ਚਾਹੇ ਮੈਂ ਇੱਥੇ ਮਰ ਜਾ ਪਟ ਮੇਰੇ ਬੱਚਿਆਂ ਦੀ ਲਾਈਫ ਹੋਵੇ ਲੇਕਿਨ ਮੇਰੇ ਬੱਚਿਆਂ ਨੇ ਮੈਨੂੰ ਜੀਣਾ ਸਿਖਾਇਆ ਮੇਰੇ ਬੇਟੇ ਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਕੁਝ ਬਣ ਕੇ ਦਿਖਾਓ ਐਸਾ ਨਹੀਂ ਮਰਨਾ ਤੁਸੀਂ ਬੰਦਾ ਅੰਮ੍ਰਿਤ ਸ਼ੱਕੇ ਰੈਂਪ ਕਰ ਸਕਦਾ ਹੈ ਉਹ ਅੰਮ੍ਰਿਤ ਸ਼ੱਕੇ ਮਿਸਟਰ ਸਵਿੰਗ ਬਣ ਸਕਦਾ ਹੈ ਤੇ ਕੀ ਗਾਲੀ ਇੱਕ ਔਰਤ ਅੰਮ੍ਰਿਤ ਸ਼ੱਕੇ ਕੌਰ ਨਹੀਂ ਬਣ ਸਕਦੀ ਆਪਣੀ ਪਹਿਚਾਨ ਨਹੀਂ ਬਣਾ ਸਕਦੀ ਕਿਸ ਨੇ ਕਿਹਾ ਇਹਨਾਂ ਨੂੰ ਕਹਿੰਦੇ ਕਿ ਕਿਰਪਾ ਕੋਈ ਸੇ ਚੁਕਣਾ ਸ਼ੌਂਕ ਨਹੀਂ ਹੁੰਦਾ ਲੇਕਿਨ ਉਹ ਮਜਬੂਰ ਹੋ ਜਾਂਦਾ ਉਹਨੂੰ ਮਜਬੂਰ ਕੀਤਾ ਜਾਂਦਾ ਮੈਨੂੰ ਵੀ ਮਜਬੂਰ ਕੀਤਾ ਗਿਆ ਅਗਰ ਮੈਂ ਸ਼ੌਂਕ ਮੈਨੂੰ ਹੁੰਦਾ ਨਾ ਐਸ ਰੋਲ ਮਾਡਲ ਵੱਲ ਜਾਣ ਵਾਸਤੇ ਮਾਡਲਿੰਗ ਕਰਨਾ ਤਾਂ ਮੇਰੀ ਜੋ ਲਾਈਫ ਸਟਾਰਟ ਹੋਈ ਹੈ ਨਾ ਬਿਊਟੀ ਵੀ ਸੀ ਬ੍ਰੇਨ ਵੀ ਸੀ ਐਜੂਕੇਸ਼ਨ ਵੀ ਸੀ ਔਰ ਮੈਂ ਉਦੋਂ ਹੀ ਸਟਾਰਟ ਕਰ ਸਕਦੀ ਸੀ ਇਹ ਅਗਰ ਪਰਿਵਾਰ ਨਾਲ ਹੈ ਤਾਂ ਔਰਤ ਸਹੀ ਹੈ ਲੇਕਿਨ ਅਗਰ ਪਰਿਵਾਰ ਨਾਲ ਨਹੀਂ ਹੈ ਤਾਂ ਔਰਤ ਗਲਤ ਹੈ ਔਰਤ ਦੀ ਆਪਣੀ ਕੋਈ ਇਮੇਜ ਨਹੀਂ ਹੈ ਉਹਨੂੰ ਜਾਂ ਤਾਂ ਹਸਬੰਦ ਦੇ ਨਾਲ ਤੋਲਿਆ ਜਾਂਦਾ ਹੈ ਜਾਂ ਉਹਨੂੰ ਪੇਰੈਂਟਸ ਦੇ ਨਾਲ ਤੋਲਿਆ ਜਾਂਦਾ ਹੈ ਮਤਲਬ ਉਵੇਂ ਤਾਂ ਅਸੀਂ ਕਹਿੰਨੇ ਆ 3ਆ ਪੜਾਓ 3ਆ ਬਚਾਓ ਲੇਕਿਨ ਤੀਆਂ ਦੇ ਪੱਖ ਵਿੱਚ ਕੌਣ ਖੜਾ ਹੁੰਦਾ ਅੱਜ ਮੈਂ ਇੱਕ ਆਮ ਕਾਮਨ ਤੇ ਘਰੇਲੂ ਲੜਕੀ ਹੁੰਦੀ ਜਿਹੜੀ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਸੁਸਾਈਡ ਕਰ ਲੈਂਦੀ ਆਪਣੇ ਬੱਚਿਆਂ ਨੂੰ ਮਾਰ ਦਿੰਦੀ ਖੁਦ ਵੀ ਮਰ ਜਾਂਦੀ ਤਾਂ ਜਾਂ ਫਿਰ ਕੀ ਕਰਦੀ ਕਿਸੇ ਵੀ ਰੋੜ ਤੇ ਜਾਂ ਮਾਪਿਆਂ ਦੇ ਥੱਲੇ ਮਤਲਬ ਘਰਾਂ ਦੇ ਵਿੱਚ ਬੈਠ ਕੇ ਇੱਕ ਆਮ ਔਰ ਬੜੀ ਲੋ ਲੈਵਲ ਦੀ ਜ਼ਿੰਦਗੀ ਜਿੰਦੀ ਹੁੰਦੀ ਆਂਦੀ ਤਾਨਿਆਂ ਦੇ ਵਿੱਚ ਅੱਜ ਵੀ ਔਰਤ ਰੋ ਰਹੀ ਐ ਕੱਲ ਵੀ ਰੋ ਰਹੀ ਸੀ ਕੀ ਕਰਨਾ ਹੈ ਵਜੇ ਸਾਇੰਸ ਦਾ ਐਵਜੀ ਐਜੂਕੇਸ਼ਨ ਦਾ ਐਵਜੀ ਜਿਹੜੀ ਸੋਸਾਇਟੀ ਅੱਗੇ ਐਡਵਾਂਸ ਹੋ ਰਹੀ ਐ ਆਪਾਂ ਕੀ ਕਰਨਾ ਹੈ ਵਜੇ ਸਮਾਜ ਦਾ ਤੁਸੀਂ 21ਵੀਂ ਸਦੀ ਦੇ ਆ ਕੇ ਵੀ ਤੁਸੀਂ 16ਵੀਂ ਸਦੀ ਤੋਂ ਵੀ ਬੱਤਰ ਹੋ ਬੋਲੀ ਹਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਫਿਰ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਔਰ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਹਰ ਵਾਰੀ ਕਿਸੇ ਨਾ ਕਿਸੇ ਉਸ ਸ਼ਖਸੀਅਤ ਨਾਲ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਅਸਮਾਨ ਨੂੰ ਬੁਲੰਦੀਆਂ ਨੂੰ ਛੂਆ ਹੈ ਔਰ ਅੱਜ ਜਿਹੜੇ ਇਸ ਸਾਡੇ ਐਪੀਸੋਡ ਦੇ ਵਿੱਚ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਤੁਸੀਂ ਬਹੁਤ ਸਾਰੇ ਮਾਡਲ ਦੇਖੇ ਹੋਣਗੇ ਜਿਹੜੇ ਕਿ ਰੈਂਪ ਦੇ ਉੱਤੇ ਵੈਸਟਰਨ ਔਰ ਬਹੁਤ ਸਾਰੀਆਂ ਡ्रेसेस ਦੇ ਵਿੱਚ ਜਿਹੜੇ ਮਾਡਲ ਨੇ ਉਹ ਕੰਮ ਕਰਦੇ ਵੇਖੇ ਹੋਣਗੇ ਲੇਕਿਨ ਅਸੀਂ ਜਿਸ ਮਾਡਲ ਦੇ ਨਾਲ ਅੱਜ ਤੁਹਾਨੂੰ ਗੱਲ ਕਰਵਾ ਰਹੇ ਹਾਂ ਉਹ ਸਿੱਕੀ ਸਰੂਪ ਦੇ ਵਿੱਚ ਅ ਹਰਦੀਪ ਕੌਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜਾ ਹੈਗਾ ਬਹੁਤ ਕੁਝ ਇੰਡਸਟਰੀ ਦੇ ਵਿੱਚ ਕੀਤਾ ਔਰ ਆਪਾਂ ਉਹਨਾਂ ਦੇ ਮੂੰਹ ਹੀ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੀ ਆਪਣੀ ਲਾਈਫ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਹਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਅਰਜੀਤ ਜੀ ਸਭ ਤੋਂ ਪਹਿਲੇ ਤੇ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਥੋੜਾ ਜਿਹਾ ਆਪਣੇ ਬਾਰੇ ਤੁਸੀਂ ਆਪ ਇੰਟਰੋ ਦਿਓ ਜੀ। ਜੀ ਮੇਰਾ ਨਾਮ ਹਰਦੀਪ ਕੌਰ ਖਾਲਸਾ ਮੈਂ ਅੰਮ੍ਰਿਤਸਰ ਤੋਂ ਬਿਲਾਉਂ ਕਰਦੀ ਸੀ। ਇੱਥੋਂ ਦੀ ਜੰਮੀ ਪੱਲੀ ਆ। ਔਰ ਇੱਥੇ ਹੀ ਮੇਰੀ ਮੈਰਿਜ ਹੋਈ। ਔਰ ਛੋਟੀ ਜੀ ਫੈਮਿਲੀ ਸੀ ਮੇਰੀ ਦੋ ਬੱਚੇ ਨੇ ਮੇਰੇ ਔਰ ਮੇਰੇ ਪੇਰੈਂਟਸ। ਅਚੀ ਲਾਈਫ ਹੈ ਔਰ ਸਟਾਰਟਿੰਗ ਤੋਂ ਅਸੀਂ ਬੜੇ ਸੰਸਕਾਰੀ ਮਾਹੌਲ ਚ ਪਲੇ ਆ ਬਹੁਤ ਸਟਿਕਨਸ ਸੀ ਸਾਡੇ ਘਰਾਂ ਵਿੱਚ। ਕਰੋ ਬਾਹਰ ਨਹੀਂ ਨਿਕਲਣਾ ਜ਼ਿਆਦਾ এডਿਕੇਸ਼ਨ ਵੀ ਪ੍ਰੋਵਾਈਡ ਨਹੀਂ ਸੀ ਕਰਦੇ ਮਤਲਬ ਐਨੇ ਜ਼ਿਆਦਾ ਨੈਰੋ ਮਾਈਂਡਡ ਪਰਸਨ ਸੀ ਸਾਡੇ ਮੇਰੇ ਪੇਰੈਂਟਸ ਦੇ ਔਰ ਬਟ ਮੇਰੇ ਪਾਪਾ ਨੇ ਮੈਨੂੰ ਸਟੱਡੀ ਕਰਵਾਈ ਗ੍ਰੈਜੂਏਸ਼ਨ ਕੀਤੀ ਗੁਰਤੇਗ ਬਹਾਦਰ ਕਾਲਜ ਤੋਂ ਔਰ ਲਾਈਫ ਦਾ ਸ਼ੁਰੂਆਤ کیا ਲੋਗ ਗ੍ਰੈਜੂਏਸ਼ਨ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਔਰ ਪੜਨਾ ਚਾਹੁੰਦੇ ਸੀ ਬਟ ਜੋ ਪਰਿਵਾਰ ਕਵੇ ਮੰਨਣਾ ਪੰਦਾ ਫਿਰ ਮੈਰਿਜ ਤੋਂ ਬਾਅਦ ਫਿਰ ਮੇਰੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਹੋਏ ਨੇ ਔਰ ਲਾਈਫ ਨੂੰ ਜੀਆ ਦੇਖੋ ਇੱਕ ਜਦੋਂ ਆਪਾਂ ਬੱਚੇ ਤੋਂ ਇੱਕ ਔਰਤ ਬੰਦੇ ਆ ਤਾਂ ਬੜੇ ਪੜਾ ਆਉਂਦੇ ਨੇ ਜਿਹੜੇ ਕਿ ਉਹਨੂੰ ਪਾਰ ਕਰਨਾ ਪੈਂਦਾ ਹੈ ਕਈ ਐਸੇ ਪੜਾ ਹੁੰਦੇ ਨੇ ਕਿ ਜਿਹੜੇ ਸਾਨੂੰ ਕੁਝ ਸਬਕ ਸਿਖਾ ਜਾਂਦੇ ਨੇ ਬੜਾ ਕੁਝ ਸਿੱਖਾ ਨੂੰ ਮਿਲਦਾ ਹੈ ਇਸ ਸਮੇਂ ਦੇ ਦੌਰਾਨ ਤੇ ਬਸ ਮੇਰੀ ਲਾਈਫ 'ਚ ਵੀ ਇਸ ਤਰ੍ਹਾਂ ਹੀ ਹੋਇਆ ਕਾਫੀ ਉਤਾਹ ਚੜਾਅ ਔਰ ਕਹਿੰਦੇ ਆ ਵੀ ਜਦੋਂ ਧੁੱਪ ਜਾਂ ਗਰਮੀ ਨਾਲ ਸੇਕੀ ਹੋਵੇ ਤੇ ਕੁੰਦਰ ਨਹੀਂ ਬਣੀਦਾ ਤਾਂ ਬਸ ਕਹ ਲੋ ਗੁਰੂ ਪਾਸ਼ਾ ਨੇ ਐਸੀ ਉਹਨਾਂ ਦੇ ਹੁਕਮ ਦੇ ਨਾਲ ਹੀ ਅਸਤੀਤਪਾਸ਼ ਨੂੰ ਅੱਗ ਨੂੰ ਸਹੇੜਿਆ ਵੀ ਹੈ ਔਰ ਅੱਜ ਤੁਹਾਡੇ ਸਾਹਮਣੇ ਇੱਕ ਹੁੰਦਨ ਦੇ ਰੂਪ ਵਿੱਚ ਖੜੇ ਆ ਕੋਸ਼ਿਸ਼ ਕਰਤੀ ਹੈ ਕਿ ਅੱਜ ਵੀ ਕਿ ਅਸੀਂ ਜਿੰਨਾ ਕਿ ਅਸੀਂ ਆਪ ਆਪਣੀ ਮਿਹਨਤ ਨਾਲ ਅੱਗੇ ਜਾ ਸਕਦੇ ਸੀ ਕਹਿੰਦੇ ਹਿੰਮਤ ਹੋਏ ਜਜ਼ਬਾ ਹੋਏ ਤਾਂ ਅਸੀਂ ਹਰ ਬੁਲੰਦੀ ਨੂੰ ਪਾ ਸਕਦੇ ਹਾਂ ਔਰ ਕੋਸ਼ਿਸ਼ ਹੈ ਕਿ ਇਹ ਮੇਰੇ ਨਾਲ ਜਾਂ ਮੈਨੂੰ ਦੇਖ ਕੇ ਜਿਹੜੇ ਵੀ ਮੈਨੂੰ ਰੋਲ ਮਾਡਲ ਮੰਨਦੇ ਨੇ ਔਰ ਉਹਨਾਂ ਨੂੰ ਇੱਕ ਨਵੀਂ ਸੇਧ ਦਿੱਤੀ ਜਾਏ ਔਰ ਜੋ ਸਿੱਖੀ ਬਾਣੇ ਦੇ ਰੂਪ ਵਿੱਚ ਅੱਗੇ ਆਉਣ ਤੋਂ ਗੁਰੇਜ਼ ਕਰਦੇ ਨੇ ਉਹਨਾਂ ਨੇ ਇੱਕ ਨਵਾਂ ਰਸਤਾ ਵਿਖਾਇਆ ਜਾਏ ਸੋ ਅੱਜ ਕੱਲ ਵੈਸੇ ਵੀ ਓਪਰਚ्युनिटीਸ ਤੇ ਹੈ ਹੀ ਨਹੀਂ ਅੱਗੇ ਜਾਂਦੀਆਂ ਤੇ ਲੋਕ ਬਸ ਇੱਕ ਪੇੜ ਚਾਲ ਦੀ ਤਰ੍ਹਾਂ ਸੋਚ ਕੇ ਬੈਠੇ ਨੇ ਕਿ ਇੱਥੋਂ ਇੱਕ ਲਿਮਟ ਹੈ ਅੱਗੇ ਨਹੀਂ ਜਾਣਾ ਲੇਕਿਨ ਸਹੀ ਰਸਤਾ ਹੋਵੇ ਤਾਂ ਮੰਜ਼ਿਲ ਨੂੰ ਪਾਉਣ ਦੇ ਲਈ ਕੋਸ਼ਿਸ਼ ਕਰਨੀ ਜਾਰੀ ਕਰਨੀ ਚਾਹੀਦੀ ਹੈ ਰਹਿਣਾ ਚਾਹੀਦਾ ਹੈ ਆਪਣੇ ਮਨ ਚ ਆਵ ਜੀ ਹਿੰਮਤ ਰਹਿਣੀ ਚਾਹੀਦੀ ਹੈ ਕਿ ਡਰਨਾ ਨਹੀਂ ਅੱਗੇ ਵਧੋ ਜਦੋਂ ਅੱਗੇ ਵਧਦੇ ਆਂ ਤੇ ਪਿੱਛੇ ਧੱਕੇ ਲਨ ਵਾਲੇ ਬਹੁਤ ਨੇ ਕਿਚਨ ਵਾਲੇ ਬਹੁਤ ਨੇ ਲੇਕਿਨ ਅਗਰ ਹਿੰਮਤ ਆ ਤੇ ਅੱਗੇ ਵਧੋ ਤਾਂ ਕੋਈ ਰੋਕ ਨਹੀਂ ਸਕਦਾ ਜਿਸ ਸਰੂਈ ਦੱਸਿਆ ਕਿ ਪਰਿਵਾਰ ਦੇ ਵਿੱਚ ਬੜੀ ਸਟ੍ਰਿਕਨੈਸ ਸੀ ਅ ਔਰ ਅਸੀਂ ਦੇਖਦੇ ਹਾਂ ਕਿ ਪਹਿਲੇ ਜੋ ਕੁਝ ਵੀ ਜਿਸ ਤਰ੍ਹਾਂ ਵੀ ਆ ਕਿ ਪਰਿਵਾਰ ਜਿਹੜੇ ਆ ਉਹ ਖਾਸ ਕਰਕੇ ਲੜਕੀ ਨੂੰ ਲੜਕੀਆਂ ਦੇ ਬਰਾਬਰ ਨਹੀਂ ਸੀ ਸਮਝਦੇ ਲੇਕਿਨ ਹੁਣ ਜਿਹੜਾ ਸਮਾਂ ਜਿਹੜਾ ਹੈਗਾ ਚੇਂਜ ਹੋ ਗਿਆ ਵੈਸੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੀ ਤੁਹਾਨੂੰ ਬਣਾਉਣਾ ਚਾਹੁੰਦੇ ਸੀ ਮੇਰੇ ਬਹੁਤ ਸਿੰਪਲ ਲੋਕ ਨੇ ਮੇਰੇ ਪੇਰੈਂਟਸ ਔਰ ਮੇਰੇ ਫੈਮਿਲੀ ਮੈਂਬਰਸ ਤੇ ਉਹਨਾਂ ਲਈ ਸਿਰਫ ਇਹ ਸੀ ਕਿ ਲੜਕੀ ਹੋਈ ਹੈ ਉਹਨੂੰ ਥੋੜੀ ਜਿਹੀ ਐਜੂਕੇਸ਼ਨ ਦੇਣੀ ਹੈ ਕਿ ਅੱਗੇ ਜਾ ਕੇ ਉਹਨੇ ਆਪਣਾ ਪਰਿਵਾਰ ਸੰਭਾਲਣਾ ਹੈ ਬੱਚਿਆਂ ਨੂੰ ਪੜਾ ਸਕੇ ਜਸਟ ਇੰਨਾ ਕ ਹੋਣਾ ਚਾਹੀਦਾ ਔਰ ਉਹਦੀ ਮੈਰਿਜ ਹੋ ਜਾਣੀ ਚਾਹੀਦੀ ਹੈ ਔਰ ਕੁਝ ਇਸਤਾਂ ਦੇ ਮਾਹੌਲ ਵੀ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਕਿਸ ਤਰ੍ਹਾਂ ਦੀ ਸੋਸਾਇਟੀਜ਼ ਨੇ ਸਿੱਖ ਜਿਹੜੀ ਫੈਮਲੀਆਂ ਹੈਗੀਆਂ ਬਹੁਤ ਕਰਦੀ ਆਪਣੀਆਂ ਲੜਕੀਆਂ ਨੂੰ ਪੜਾਉਂਦੀਆਂ ਨੇ ਤੇ ਬਸ ਮੇਰੀ ਲਾਈਫ ਵੀ ਇਸ ਤਰ੍ਹਾਂ ਦੀ ਸੀ ਔਰ ਬਟ ਸਕੂਲ ਸਟੱਡੀ ਵਿੱਚ ਅੱਛੀ ਸੀ ਤੋਂ ਪ੍ਰਿੰਸੀਪਲ ਨੇ ਕਿਹਾ ਵੀ ਤੁਸੀਂ ਕਰਵਾਓ ਬੱਚੇ ਨੂੰ ਅੱਗੇ ਪੜਾਓ ਮੈਂ ਕਾਲਜ ਜੁਆਇਨ ਕੀਤਾ ਹਾਂ ਕ੍ਰਿਟੀਸਾਈਜ਼ ਹੋਇਆ ਕਿ ਨਹੀਂ ਪੜਾਣਾ ਕਿਉਂ ਪੜਾ ਰਹੇ ਲੇਕਿਨ ਮੇਰੇ ਪਾਪਾ ਨੇ ਮੈਨੂੰ ਪੜਾਇਆ ਔਰ ਅੱਛੇ ਰੈਂਕ ਲਏ ਮੈਂ ਯੂਨੀਵਰਸਿਟੀ ਟੌਪ ਕੀਤਾ ਬਟ ਬੀਅਰਡ ਵਗੈਰਾ ਕਰਨ ਦਾ ਚਾਂਸ ਸੀ ਮੇਰਾ ਬਟ ਨਹੀਂ ਚਲੋ ਫੈਮਿਲੀ ਨਹੀਂ ਮੰਨੀ ਮੇਰੇ ਮੇਰੇ ਜਿੰਨੇ ਵੀ ਪਕੇ ਪਰਿਵਾਰ ਤੋਂ ਸੀ ਕੋਈ ਮੰਨਿਆ ਨਹੀਂ ਕਿ ਨਹੀਂ ਆ ਕੋਸਟਰੀ ਨਹੀਂ ਕਰवानी ਵੀ ਲੜਕੀ ਦੀ ਮੈਰਿਜ ਕਰੋ ਔਰ ਠੀਕ ਹੈ ਸੋ ਸੋ ਮੈਂ ਉਹਨਾਂ ਦੇ ਖਿਲਾਫ ਤੇ ਜਾ ਨਹੀਂ ਸਕਦੀ ਸੀ ਮੇਰੇ ਪੇਰੈਂਟਸ ਜੋ ਕਹਿਨਗੇ ਮੇਰੇ ਲਈ ਉਹੀ ਮੇਨ ਗੱਲ ਹੈ ਸੋ ਮੈਂ ਆਪਣੇ ਪੇਰੈਂਟਸ ਦੀ ਗੱਲ ਨੂੰ ਮੰਨਿਆ ਔਰ ਮੈਰਿਜ ਕਰਵਾ ਲਈ ਜਿਹੜੀ ਤੁਸੀਂ ਮਾਡਲਿੰਗ ਦੇ ਖੇਤਰ ਦੇ ਵਿੱਚ ਆਏ ਉਹ ਕਿਸ ਤਰ੍ਹਾਂ ਆਏ ਔਰ ਕਦੋਂ ਆਏ ਸੀ ਕਿਸ ਤਰ੍ਹਾਂ ਮਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਆਈਡੀਆ ਆ ਗਿਆ ਕਿ ਆਪਾਂ ਮਾਡਲਿੰਗ ਲਾਈਨ ਦੇ ਵਿੱਚ ਆਣਾ ਦੇਖੋ ਮੈਂ ਇੱਕ ਮੀਡੀਓਕਰ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਔਰ ਲਾਈਫ ਨੂੰ ਜੀਣਾ ਮੈਂ ਸਿੱਖਿਆ ਤੇ ਮੈਰਿਜ ਤੋਂ ਬਾਅਦ ਸਿੱਖਿਆ ਬਹੁਤ ਜ਼ਿੰਦਗੀ ਦੇ ਉਤਾਚੜਾ ਦੇਖੇ ਨੇ ਇੱਕ ਆਮ ਲੜਕੀ ਸਾਂ ਕਿ ਜਿਸ ਤਰ੍ਹਾਂ ਅੱਜਕੱਲ੍ਹ ਦੀਆਂ ਆਮ ਲੜਕੀਆਂ ਤੁਰੀਆਂ ਫਿਰਦੀਆਂ ਮੈਂ ਵੀ ਉਸ ਤਰ੍ਹਾਂ ਦੀ ਲੜਕੀ ਸੀ ਲਾਈਫ 'ਚ ਬਹੁਤ ਜ਼ਿਆਦਾ ਸਟਰਗਲ ਵੀ ਕੀਤੀ ਔਰ ਹਾਂ ਫੈਮਿਲੀ ਦੇ ਜਿੱਥੇ ਮੈਂ ਬੱਚਿਆਂ ਦਾ ਸੁੱਖ ਦੇਖਿਆ ਉੱਥੇ ਕੁਝ ਇਨ-ਲॉज ਵੱਲੋਂ ਜਾਂ ਫੈਮਿਲੀ ਦੇ ਕੁਝ ਪ੍ਰੋਬਲਮਸ ਵੀ ਮੈਂ ਚੱਲੀ ਆਂ ਲੇਕਿਨ ਇੱਕ ਨਾਰਮਲ ਲੜਕੀ ਦੀ ਸੋਚ ਜਿਵੇਂ ਹੁੰਦੀ ਹੈ ਕਿ ਬਸ ਮੈਂ ਆਪਣਾ ਘਰ ਦੇਖਣਾ ਆਪਣੇ ਬੱਚੇ ਦੇਖਣੇ ਮੇਰੀ ਵੀ ਉਹੀ ਸੋਚ ਸੀ ਲੇਕਿਨ ਕਈ ਵਾਰ ਹੁੰਦਾ ਕਿ ਬਹੁਤ ਜ਼ਿਆਦਾ ਬੇਰਹਾਗ ਜਾਂ ਬਹੁਤ ਜ਼ਿਆਦਾ ਦੁੱਖ ਦੇਦੋ ਇਨਸਾਨ ਦੇ ਅੱਗੇ ਆ ਜਾਂਦਾ ਤਾਂ ਉਹਨੂੰ ਕੋਈ ਰਸਤਾ ਨਹੀਂ ਲੱਭਦਾ ਇੱਕ ਕੁਫਾ ਨੇਰਾ ਹੋ ਜਾਂਦਾ ਉਹਦੇ ਅੱਗੇ ਰਸਤਾ ਲੱਭਣ ਲੱਗਿਆਂ ਕਈ ਤੇ ਮਿਸਗਾਈਡ ਹੋ ਜਾਂਦੇ ਆ ਕਰਕੀ ਸੁਭਾਏ ਗੁਰ ਦਾ ਸਹਾਰਾ ਲੈ ਲੰਦੇ ਆ ਤੇ ਮੈਂ ਬਚਪਨ ਤੋਂ ਹੀ ਮੇਰੇ ਪੇਰੈਂਟਸ ਦੀ ਵਜ੍ਹਾ ਕਰਕੇ ਕਹਿ ਲੋ ਮੈਂ ਸ਼ੁਰੂ ਤੋਂ ਹੀ ਗੁਰੂ ਪਾਸ਼ਾ ਨਾਲ ਜੁੜੀ ਹੋਈ ਸੀ ਕਾਫੀ ਛੋਟੇ ਹੁੰਦੇ ਆ ਤੋਂ ਹੀ ਅੰਮ੍ਰਿਤ ਵੇਲੇ ਨਾਲ ਸੀ ਜੁੜੇ ਹੋਏ ਸੀ ਔਰ ਬਾਣੀ ਪੜਨੀ ਔਰ ਜੋ ਜੋ ਲਾਈਫ ਅੱਗੇ ਵਧਦੀ ਗਈ ਉਹ ਤਕਲੀਫ ਦੁੱਖ ਅੱਗੇ ਆਂਦਾ ਗਿਆ ਤਾਂ ਇੱਕੋ ਹੀ ਚੀਜ਼ ਸੀ ਕਿ ਹਾਂ ਅਸੀਂ ਅਗਰ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਹੈ ਤਾਂ ਆਪਣੀ ਹਿੰਮਤ ਇੱਕ ਵਾਹਿਗੁਰੂ ਦਾ ਸਾਥ ਉਹਦਾ ਆਸ਼ੀਰਵਾਦ ਹੋਣਾ ਚਾਹੀਦਾ ਬਸ ਉਹਦੇ ਅੱਗੇ ਅਰਦਾਸ ਕਰਨੀ ਬਾਠ ਕਰਨਾ ਤੇ ਹੌਲੀ 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 ਕਰਦੇ ਆ ਜਿਵੇਂ ਦੁੱਖ ਵਧਦੇ ਗਏ ਉਸੇ ਤਰ੍ਹਾਂ ਬਾਣੀ ਦਾ ਝੁਕਾਵ ਵਧਦਾ ਗਿਆ ਉਸੇ ਤਰ੍ਹਾਂ ਗੁਰੂ ਪਾਤਸ਼ਾਹ ਅੱਗੇ ਝੁਕਾਵ ਵਧਦਾ ਗਿਆ ਔਰ ਮਨ ਬੈਰਾਗ ਵਿਚ ਹੋ ਗਿਆ ਮਨ ਦੁੱਖ ਸੁੱਖ ਦੇ ਕੰਮਾਂ ਚ ਦੂਰ ਹੋ ਗਿਆ ਸੀ ਕੋਈ ਮਨ ਚ ਸ਼ੌਂਕ ਨਹੀਂ ਸੀ ਕਿ ਹਾਂ ਅਸੀਂ ਇਹ ਚੀਜ਼ ਲੈਣੀ ਆ ਜਾਂ ਪਾਣੀ ਹੈ ਬਸ ਇਹ ਅਸੀਂ ਕਿ ਇੱਕ ਸ਼ਾਂਤੀ ਸਾਨੂੰ ਚਾਹੀਦੀ ਪੀਸਫੁਲ ਇੱਕ ਪਲੇਸ ਚਾਹੀਦਾ ਉਸ ਸ਼ਾਂਤੀ ਨੂੰ ਪਾਣ ਦੇ ਲਈ ਬਸ ਗੁਰਬਾਣੀ ਨਾਲ ਜੁੜ ਗਏ ਆਸ-ਪਾਸ ਦਾ ਮਾਹੌਲ ਕੁਝ ਸਾਡਾ ਸਹੀ ਨਹੀਂ ਸੀ ਸ਼ਰਾਬਾਂ ਮਤਲਬ ਸੋ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਬੱਚੇ ਇਸ ਮਾਹੌਲ ਵਿੱਚ ਇਹੋ ਜਿਹੇ ਤਰੀਕੇ ਨਾਲ ਪਲਨ ਮੈਂ ਆਪਣੇ ਬੱਚਿਆਂ ਨੇ ਉਹ ਸੰਸਕਾਰ ਦੇਣਾ ਚਾਹੁੰਦੀ ਸੀ ਜੋ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਸੋ ਮੈਂ ਆਪਣੇ ਬੱਚਿਆਂ ਦੇ ਨਾਲ ਅੰਬ੍ਰਿਸ਼ ਅਖ ਲੈਆ ਔਰ ਪਰਿਵਾਰ 'ਚ ਉਸ ਟਾਈਮ ਕਿਸੇ ਨੂੰ ਦੱਸਿਆ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿਸੇ ਨੇ ਆਗਿਆ ਨਹੀਂ ਦੇਣੀ ਕਿਸੇ ਨੇ ਮੰਨਣਾ ਨਹੀਂ ਕਿਉਂਕਿ ਸਭ ਖਾਣ ਪੀਣ ਵਾਲੇ ਨੇ ਔਰ ਮੇਰਾ ਮਨ ਗੁਰੂ ਮਹਾਰਾਜ ਨਾਲ ਜੁੜ ਗਿਆ ਸੀ ਸੋ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਉਹ ਸ਼ੁਰੂ ਤੋਂ ਬੱਚੇ ਵੀ ਜੁੜੇ ਹੋਏ ਸੀ ਗੁਰਬਾਣੀ ਨਾਲ ਮੇਰੀ ਬੇਟੀ 3 ਸਾਲ ਦੀ ਸੀ ਔਰ ਬੇਟਾ ਮੇਰਾ 9 ਸਾਲ ਦਾ ਸੀ ਜਦੋਂ ਉਹਨੇ ਅੰਭਿਸ਼ਕ ਲਿਆ ਸੀ ਯੂਰ ਅਸੀਂ ਦਸਤਾਸ ਜਾਨੀ ਸ਼ੁਰੂ ਕਰ ਦਿੱਤੀ ਔਰ ਅੰਮ੍ਰਿਤ ਵੇਲਾ ਸੰਭਾਲਣਾ ਸੇਵਾ ਨਿਤਨੇਮ ਸਾਡਾ ਹੀ ਨੇਮ ਹੋ ਚੁੱਕਾ ਸੀ ਉਸ ਟਾਈਮ ਬਸ ਕਿ ਹਲੋ ਕਿ ਇਨਸਾਨ ਆਪਣੇ ਦੁੱਖਾਂ ਤੋਂ ਬਹੁਤ ਕੁਝ ਸਿੱਖਦਾ ਹੈ ਔਰ ਅਸੀਂ ਵੀ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਪਾਇਆ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਮੋਡਲਿੰਗ ਕਰਨਾ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਜਿਹੜਾ ਹੈਗਾ ਉਹ ਵੀ ਤੁਹਾਨੂੰ ਕਰਨਾ ਕਰਨਾ ਪਿਆ ਹੋਵੇਗਾ ਕਿਉਂਕਿ ਹਰ ਤਰ੍ਹਾਂ ਦੀ ਮਰਿਆਦਾ ਜਿਹੜੀ ਹੈਗੀ ਹੈ ਉਹ ਉਸ ਨੂੰ ਵੀ ਜਿਹੜਾ ਵੇਖਣਾ ਜਿਹੜਾ ਹੈਗਾ ਉਹ ਤੁਹਾਡਾ ਨਹੀਂ ਤੁਹਾਡੇ ਗਾਂ ਬੱਚੇ ਵੀ ਹੈ ਸਭ ਤੋਂ ਪਹਿਲੀ ਪਹਿਲ ਹੈ ਉਹ ਉਹ ਫਿਰ ਕਿਸ ਤਰ੍ਹਾਂ ਤੁਸੀਂ ਸਾਰਾ ਆਪਣਾ ਮਰਿਆਦਾ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਦੇ ਦੇਖੋ ਤੁਸੀਂ ਅਗਰ ਗੁਰਦੁਆਰਾ ਸਾਹਿਬ ਜਾਂਦੇ ਹੋ ਕਥਾ ਸੁਣਦੇ ਹੋ ਕਿਸੇ ਵੀ ਧਰਮ ਦਾ ਕੋਈ ਹਾਲੀ ਬੁੱਕ ਪੜ੍ਹਦੇ ਹੋ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸਿਆ ਗਿਆ ਕਿ ਜਿਹੜੀਆਂ ਮਾਵਾਂ ਹੁੰਦੀਆਂ ਨਾ ਅੱਜ ਦੀਆਂ ਧੀਆਂ ਕੱਲ ਦੀਆਂ ਮਾਵਾਂ ਔਰ ਮੇਰੀ ਵੀ ਕੁੜੀ ਹੈ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਕੋਈ ਐਸੀ ਨਜ਼ਰ ਨਾਲ ਦੇਖੇ ਜਿਸ ਤਰ੍ਹਾਂ ਦੀ ਅੱਜ ਕੱਲ ਦੀ ਸੋਚ ਹੈ ਕਿਉਂਕਿ ਅਸੀਂ ਦੂਜਿਆਂ ਦੀ ਧੀਆਂ ਨੂੰ ਤੇ ਬਹੁਤ ਕੁਝ ਬੋਲਦੇ ਲੇਕਿਨ ਆਪਣੇ ਪੁੱਤਰਾਂ ਨੂੰ ਸਿਖਾਉਣਾ ਭੁੱਲ ਜਾਂਦੇ ਕਿ ਕੋਈ ਔਰਤ ਦੀ ਅਹਿਮੀਅਤ ਕੀ ਹੈ ਸਮਾਜ ਦੇ ਵਿੱਚ ਸੋ ਮੈਂ ਆਪਣੇ ਬੇਟੇ ਨੂੰ ਔਰ ਆਪਣੀ ਬੇਟੀ ਨੂੰ ਸਿਰਫ ਉਹ ਅਹਿਮੀਅਤ ਸਿਖਾਉਣਾ ਚਾਹੁੰਦੀ ਸੀ ਕਿ ਇੱਕ ਔਰਤ ਦੀ ਵੈਲਿਊ ਕੀ ਹੈ ਔਰ ਇੱਕ ਮਰ ਜਿਹੜਾ ਮਰਦ ਹੁੰਦਾ ਹੈ ਉਹਦੀ ਵਿੱਚ ਪਾਵਰ ਕੀ ਹਿੰਮਤ ਕੀ ਉਹ ਕੀ ਕਰ ਸਕਦਾ ਸੋ ਜਦੋਂ ਗੁਰਬਾਣੀ ਨਾਲ ਜੁੜੇ ਆ ਅਮ੍ਰਿਤ ਸ਼ਕਿਆ ਤਾਂ ਬਹੁਤ ਅਰਚਨਾਈਆ ਗੁਰੂ ਨਾਲ ਜੁੜਨ ਕਰਕੇ ਵੀ ਬੜਾ ਕ੍ਰਿਟੀਸਾਈਜ਼ ਹੋਇਆ ਵੀ ਹਾਂ ਮੈਂ ਕਿਉਂ ਹੰਮੇ ਸ਼ਕਿਆ ਬੱਚਿਆਂ ਦੀ ਲਾਈਫ ਸਪੋਇਲ ਹੋ ਗਈ ਬੱਚਿਆਂ ਦੇ ਨੈਕਸਟ ਅਗੋ ਖਾਣਾ ਪੀਣਾ ਉਹਨਾਂ ਨੇ ਲਾਈਫ ਇੰਜੋਏ ਕਰਨੀ ਹੈ ਬੱਚਿਆਂ ਦੀ ਲਾਈਫ ਨੂੰ ਖਰਾਬ ਕਰਤਾ ਜਾਂ ਆਪਣੀ ਫੈਮਲੀ ਵਿੱਚ ਮੈਨੂੰ ਕਾਫੀ ਜ਼ਿਆਦਾ ਕੀਤਾ ਗਿਆ ਇਨਵਰਸ ਵੱਲੋਂ ਵੀ ਸਾਡੇ ਬੱਚੇ ਦੀ ਲਾਈਫ ਮੈਂ ਤਾਂ ਮੇਰੇ ਹਸਬੰਡ ਜ਼ਰ ਉਸ ਟਾਈਮ ਖਾਂਦੇ ਪੀਂਦੇ ਸੀ ਔਰ ਉਹਨਾਂ ਨੂੰ ਸੀ ਵੀ ਹਾਂ ਵੀ ਸਾਡਾ ਬੈਨ ਆਊਟਨਾ ਮੁਸ਼ਕਿਲ ਹੋ ਜਾਏਗਾ ਬਟ ਮੈਂ ਆਪਣੇ ਆਪਣੇ ਜੋ ਵਿਸ਼ਵਾਸ ਹੈ ਆਪਣੀ ਡ੍ਰਿੜਤਾ ਨੂੰ ਸਾਈਡ ਤੇ ਰੱਖਿਆ ਉਹਨਾਂ ਦੀ ਲਾਈਫ ਉਹਨਾਂ ਨੂੰ ਇੰਜੋਏ ਕਰਨ ਲਈ ਕਿਹਾ ਬਟ ਮੈਂ ਆਪਣੇ ਬੱਚਾ ਨੂੰ ਉਹਨਾਂ ਦੇ ਇਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਔਰ ਜਦੋਂ ਮੈਂ ਇਸ ਪੈਸ਼ਨ ਤੇ ਅੱਗੇ ਆਈ ਹਾਂ ਗੁਰਸਿੱਖ ਬੰਨਾ ਮਾਡਲ ਬੰਨਾ ਗੁਰਸਿੱਖ ਬੰਨਾ ਤਾਂ ਚਲੋ ਇੱਕ ਸੁਪਨਾ ਸੀ ਲੇਕਿਨ ਮਾਡਲ ਬੰਨਾ ਮੇਰਾ ਸੁਪਨਾ ਨਹੀਂ ਸੀ ਮੇਰਾ ਸੁਪਨਾ ਇੱਕ ਅਦਸ਼ ਮਾਂ ਬਣੰਦਾ ਸੀ ਮੇਰਾ ਸੁਪਨਾ ਇੱਕ ਇੱਕ ਔਰਤ ਐਸੀ ਬਣੰਦਾ ਸੀ ਜਿਹੜਾ ਇੱਕ ਦੁਨੀਆ ਲਈ ਰੋਲ ਮਾਡਲ ਹੋਏ ਆਪਣੇ ਪਰਿਵਾਰ ਛੋਟੇ ਜਿਹੇ ਪਰਿਵਾਰ ਦਾ ਹਸਣਾ ਖੇਲਣਾ ਮੇਰਾ ਇੱਕ ਸੁਪਨਾ ਸੀ। ਔਰ ਬਸ ਜਸਟ ਹਰ ਲੜਕੀ ਦਾ ਸੁਪਨਾ ਦੇਖਦੀ ਹੈ ਆਪਣੇ ਪਰਿਵਾਰ ਦੇ ਲਈ ਮੈਂ ਵੀ ਉਹ ਸੁਪਨਾ ਦੇਖਿਆ। ਬਟ ਹਾਲਾਤ ਉਹ ਹਵਾ ਕਿਸ ਪਾਸੇ ਲੈ ਗਈ ਪਤਾ ਹੀ ਨਹੀਂ ਚੱਲਿਆ। ਹੌਲੀ-ਹੌਲੀ ਕਰਦੇ ਆ ਜਿਵੇਂ ਗੁਰੂ ਨਾਲ ਜੁੜੇ ਸਾਨੂੰ ਪਤਾ ਨਹੀਂ ਸੀ ਕਿਸ ਤਰ੍ਹਾਂ ਜੁੜਨਾ ਹੈ। ਉਸ ਪਰਮਾਤਮਾ ਦੇ ਹੁਕਮ ਨਾਲ ਉਹ ਜੁੜ ਗਏ। ਉਸ ਪਰਮਾਤਮਾ ਦਾ ਹੀ ਹੁਕਮ ਹੋਇਆ ਕਿ ਉਹਨਾਂ ਨੇ ਸਾਨੂੰ ਇੱਕ ਮੈਨੂੰ ਇੱਕ ਪਲੇਟਫਾਰਮ ਦਿੱਤਾ। ਬਹੁਤ ਜ਼ਿਆਦਾ ਟਾਈਮ ਬੀਤ ਗਿਆ ਸੀ ਔਰ ਬੇਟਾ ਮੇਰਾ ਹੁਣ 15 ਸਾਲ ਦਾ ਹੋ ਗਿਆ ਸੀ। ਔਰ ਘਰ ਵਿੱਚ ਇੱਕ ਔਰਤ ਨਾਲ ਜੋ ਅਤਿਆਚਾਰ ਹੁੰਦੇ ਨੇ ਮੈਂ ਹਰ ਉਹ ਅਤਿਆਚਾਰ ਸਹਿਆ। ਲੇਕਿਨ ਚੁੱਪ ਕਰਕੇ ਸਹਿਆ। ਕਦੀ ਮੈਂ ਐਨੀ ਚਾਇਆ ਕਿ ਜੋ ਇੱਕ ਆਮ ਲੇਡੀ ਨਾਲ ਹੋ ਰਿਹਾ ਹੈ, ਇੱਕ ਔਰਤ ਨਾਲ ਹੋ ਰਿਹਾ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਕੋਈ ਵੀ ਖੜਨ ਵਾਲਾ ਨਹੀਂ ਹੈ। ਔਰ ਸਾਡੀ ਇਹ ਜ਼ਿੰਦਗੀ ਹੈ ਸਾਨੂੰ ਇਹ ਬਰਦਾਸ਼ਤ ਕਰਨਾ ਹੀ ਪਏਗਾ। ਸੋ ਮੈਂ ਬਰਦਾਸ਼ਤ ਕੀਤਾ ਕਿ ਐਟਲੀਸਟ ਮੇਰੇ ਬੱਚੇ ਜਿਹੜੇ ਹਨ ਉਹਨਾਂ ਦੀ ਲਾਈਫ ਸੈਟਲ ਹੋ ਜਾਏ ਕਿਉਂਕਿ ਮੈਂ ਕਿਸੇ ਵੱਲ ਦੇਖ ਰਹੀ ਸੀ। ਲੇਕਿਨ ਜਦੋਂ ਆਪਣੀ ਹੀ ਜ਼ਿੰਦਗੀ ਸੇਫ ਨਾ ਹੋਏ ਅਗਰ ਮੈਂ ਆਪਣੇ ਬੱਚਿਆਂ ਨੂੰ ਦੇਖ ਕੇ ਜ਼ਿੰਦਗੀ ਦੇਖ ਰਹੀ ਸੀ ਤਾਂ ਮੇਰੇ ਬੱਚਿਆਂ ਨੂੰ ਮੇਰੀ ਫਿਕਰ ਸੀ ਕਿ ਅਗਰ ਤੁਹਾਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਹੋਏਗਾ ਸੋ ਕਿਉਂਕਿ ਮੈਂ ਆਪਣੇ ਬੱਚਿਆਂ ਦੀ ਫਰਸਟ ਟੀਚਰ ਵੀ ਰਹੀ ਹਾਂ ਉਹਨਾਂ ਨੂੰ ਹਰ ਗੇਮ ਸਿਖਾਈ ਹੈ ਗੁਰਬਾਣੀ ਨਾਲ ਜੋੜਿਆ ਕੀਰਤਨ ਕਰਨਾ ਸਿਖਾਇਆ ਸੋ ਬੱਚਿਆਂ ਦੀ ਅਟੈਚਮੈਂਟ ਬਹੁਤ ਜ਼ਿਆਦਾ ਸੀ ਮੇਰੇ ਨਾਲ ਉਹਨਾਂ ਨੇ ਹਰ ਦੁੱਖ ਨੂੰ ਮੇਰਾ ਦੇਖਿਆ ਜੀ ਹੈ ਸੋ ਉਹਨਾਂ ਨੇ ਮੈਨੂੰ ਕਿਹਾ ਮੇਰੇ ਬੇਟੇ ਨੇ ਮੈਨੂੰ ਇੱਕ ਪਲੇਟਫਾਰਮ ਦਿੱਤਾ ਡੀਓਪੀ ਦੇਖਾ ਮਹਾਜਨ ਹੈਗੇ ਨੇ ਇੱਥੇ ਔਰ ਉਹਨਾਂ ਨੂੰ ਕੁਝ ਪ੍ਰੋਬਲਮਸ ਮੇਰੇ ਪਤਾ ਸੀ ਸਾਰੀਆਂ ਔਰ ਉਹਨਾਂ ਨੇ ਕਿਹਾ ਵੀ ਤੂੰ ਸਾਡੇ ਅੰਦਰ ਟੈਲੈਂਟ ਹੈ ਤਾਂ ਤੁਸੀਂ ਅੱਗੇ ਲੈ ਕੇ ਆਓ ਪਰ ਉਸ ਟਾਈਮ ਮੈਂ ਥੋੜਾ ਇਗਨੋਰ ਕਰ ਦਿੱਤਾ ਵੀ ਨਹੀਂ ਮੇਰੀ ਇਹ ਫੀਲ ਨਹੀਂ ਹੈ ਸੋ ਮੈਂ ਪਿੱਛੇ हट ਗਿਆ ਲੇਕਿਨ ਮੇਰੇ ਬੇਟੇ ਨੂੰ ਲਿੰਕ ਸਿੱਖ ਮਿਸਿਸ ਪੰਜਾਬ ਦਾ ਉਹ ਮਿਲ ਗਿਆ ਮੇਰੇ ਮਨਾ ਕਰਨ ਦੇ باوجود ਉਸਨੇ ਫਿਲ ਕਰ ਦਿੱਤਾ ਔਰ ਕਹਿੰਦਾ ਕਿ ਅੱਜ ਅਗਰ ਤੁਸੀਂ ਕੁਝ ਨਾ ਬਣੇ ਤਾਂ ਕੱਲ ਨੂੰ ਤੁਹਾਨੂੰ ਕੁਝ ਹੋ ਜਾਵੇ ਤੇ ਤੁਹਾਡੀ ਫੈਮਿਲੀ ਇਹੀ ਕਿੱਥੇ ਜਾਵਾਂਗੇ ਅਸੀਂ ਸਾਨੂੰ ਕੌਣ ਦੇਖੇਗਾ ਤੁਸੀਂ ਕੁਝ ਬਣ ਕੇ ਦਿਖਾਓ ਕੁਝ ਕਰਕੇ ਦਿਖਾਓ ਮੇਰੇ ਬੱਚਿਆਂ ਦਾ ਵਿਸ਼ਵਾਸ ਹੀ ਮੇਰੇ ਇੱਕ ਵਿਲ ਪਾਵਰ ਬਣੀ ਕਿਉਂਕਿ ਮੈਂ ਹਿੰਮਤ ਹਾਰ ਚੁੱਕੀ ਸੀ ਮੇਰੀ ਜ਼ਿੰਦਗੀ ਮੈਂ ਸਮਝੇ ਇਹੀ ਸੀ ਵੀ ਇੱਥੇ ਜੀਣਾ ਹੈ ਇੱਥੇ ਮਰਨਾ ਚਾਹੇ ਮੈਂ ਇੱਥੇ ਹੀ ਮਰ ਜਾ ਬਟ ਮੇਰੇ ਬੱਚਿਆਂ ਦੀ ਲਾਈਫ ਹੋਵੇ ਲੇਕਿਨ ਮੇਰੇ ਬੱਚਿਆਂ ਨੇ ਮੈਨੂੰ ਜੀਣਾ ਸਿਖਾਇਆ ਮੇਰੇ ਬੇਟੇ ਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਕੁਝ ਬਣ ਕੇ ਦਿਖਾਓ ਇਸ ਤਰ੍ਹਾਂ ਨਹੀਂ ਮਰਨਾ ਤੁਸੀਂ ਸੋ ਮੈਂ ਮਿਸਿਸ ਪੰਜਾਬ ਚ ਪਾਰਟਿਸਿਪੇਟ ਕੀਤਾ ਉਸ ਟਾਈਮ ਵੀ ਮੈਂ ਗੁਰਸਿੱਖੀ ਬਾਣੇ ਚ ਪੂਰਨ ਸੀ ਔਰ ਉਸੇ ਤਰ੍ਹਾਂ ਹੀ ਮੈਂ ਉਹਦੇ ਚ ਪਾਰਟਿਸਿਪੇਟ ਕੀਤਾ ਬਹੁਤ ਅੱਛਾ ਮੈਨੂੰ ਰਿਗਾਰਡ ਮਿਲਿਆ ਉਹਨਾਂ ਕੋਲੋਂ 929 ਐਂਟਰਟੇਨਮੈਂਟ ਪਰਮਿੰਦਰ ਸਿੰਘ ਜਸਵਿੰਦਰ ਸਿੰਘ ਉਹਨਾਂ ਵੱਲੋਂ ਮਿਸਿਸ ਪੰਡਾਪ ਦਾ ਲੁਧਿਆਣੇ ਵਿੱਚ ਹੋਇਆ ਸੀ ਇਹ ਪ੍ਰੋਗਰਾਮ ਪਹਿਲੇ ਪਹਿਲ ਤੇ ਬੜਾ ਕ੍ਰਿਟਿਸਾਈਜ਼ ਹੋਇਆ ਕਿ ਗੁਰਸਿੱਖ ਲੜਕੀ ਰੈਂਪ ਤੇ ਵਾਕ ਕਰੇਗੀ ਇਹ ਕਿਉਂ ਕਰੇਗੀ ਇਹਨੂੰ ਕੀ ਰਾਈਟ ਹੈਗਾ ਕਿਸ ਨੇ ਕਿਹਾ ਬੜਾ ਕੁਝ ਹੋਇਆ ਲੇਕਿਨ ਜਦੋਂ ਅਸੀਂ ਬਾਣੇ ਦੇ ਉੱਤੇ ਚੱਲਦੇ ਪਏ ਹਾਂ ਅਸੀਂ ਗੁਰੂ ਮਹਾਰਾਜੀ ਬਾਣੀ ਨੂੰ ਧਾਰਨਾ ਬਣਾ ਕੇ ਅੱਗੇ ਚੱਲ ਰਹੇ ਹਾਂ ਸਾਡਾ ਮੈਸੇਜ ਕੋਈ ਗਲਤ ਨਹੀਂ ਦੇ ਰਿਹਾ ਕੋਈ ਆਪਾਂ ਮੈਸੇਜ ਨਹੀਂ ਦੇ ਰਹੇ ਕੋਈ ਗਲਤ ਫਿਰ ਅਸੀਂ ਕਿਉਂ ਡਰੀਏ ਅਗਰ ਸ਼ੁਰੂਆਤ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਅਸੀਂ ਕਰ ਰਹੇ ਹਾਂ 22 ਮੰਜ਼ੀਆਂ ਥਾਪੀਆਂ ਗਈਆਂ ਪਹਿਲਾਂ ਗਲੀਆਂ 'ਚ ਫਿਰ ਬਾਜ਼ਾਰਾਂ ਵਿੱਚ ਫਿਰ ਗੁਰਦੁਆਰਾ ਸਾਹਿਬ ਦੇ ਉੱਤੇ ਅਸੀਂ ਕਥਾ ਕਰਦੇ ਰਹੇ ਫਿਰ ਕੀਰਤਨ ਦਰਬਾਰ ਸੱਜਦੇ ਰਹੇ ਫਿਰ ਆਨਲਾਈਨ ਅਸੀਂ ਕਥਾ ਕਰ ਰਹੇ ਹਾਂ ਮਤਲਬ ਜਿਉਂ-ਜਿਉਂ ਜ਼ਮਾਨਾ ਅੱਗੇ ਜਾ ਰਿਹਾ ਹੈ ਮਾਡਰਨ ਹੋਈ ਜਾ ਰਿਹਾ ਹੈ ਤਾਂ ਤਾਂ ਅਸੀਂ ਵੀ ਧਰਮ ਪ੍ਰਚਾਰ ਦੇ ਤਰੀਕੇ ਨੂੰ ਬਦਲਿਆ ਤਾਂ ਕਿ ਇੱਕ ਲੜਕੀ ਨੂੰ ਅੱਗੇ ਆਉਣ ਦਾ ਹੱਕ ਨਹੀਂ ਹੈ ਉਹ ਕੋਈ ਗਲਤ ਮੈਸੇਜ ਦੇ ਨਹੀਂ ਦੇ ਰਹੀ ਤਾਂ ਕਿਉਂ ਉਹਦੇ ਨਾਲ ਤੱਕ ਹੈ ਸਿਰਫ ਇਸ ਕਰਕੇ ਕਿ ਇੱਕ ਔਰਤ ਹੈ ਬੰਦਾ ਅੰਮ੍ਰਿਤ ਛੱਕ ਕੇ ਰੈਂਪ ਕਰ ਸਕਦਾ ਹੈ ਉਹ ਅੰਮ੍ਰਿਤ ਛੱਕ ਕੇ ਮਿਸਟਰ ਸਿੰਘ ਬਣ ਸਕਦਾ ਹੈ ਤੇ ਕੀ ਗਾਲੀ ਔਰਤ ਅੰਮ੍ਰਿਤ ਛੱਕ ਕੇ ਕੌਰ ਨਹੀਂ ਬਣ ਸਕਦੀ ਆਪਣੀ ਪਛਾਣ ਨਹੀਂ ਬਣਾ ਸਕਦੀ ਕਿਸ ਨੇ ਕਿਹਾ ਇਹਨਾਂ ਨੂੰ ਕਿਉਂਕਿ ਜਦੋਂ ਕੋਈ ਅੰਮ੍ਰਿਤ ਛੱਕਦਾ ਹੈ ਉਹ ਕਿਸੇ ਦੁਨੀਆ ਦੇ ਲਈ ਨਹੀਂ ਛੱਕਦਾ ਉਹ ਇਸ ਲਈ ਅੰਮ੍ਰਿਤ ਛੱਕਦਾ ਕਿਉਂਕਿ ਉਸ ਨੂੰ ਗੁਰੂ ਨਾਲ ਪਿਆਰ ਹੈ ਗੁਰੂ ਪ੍ਰਤੀ ਵਿਸ਼ਵਾਸ ਹੈ ਔਰ ਉਹ ਗੁਰੂ ਅੱਗੇ ਹਾਜ਼ਰ ਹੈ ਇਦੇ ਵਿੱਚ ਨਾ ਤੇ ਉਹ ਦੁਨੀਆ ਆਂਦੀ ਹੈ ਨਾ ਹੀ ਉਹ ਲੋਕ ਆਂਦੇ ਨੇ ਜਿਹੜੇ ਬੋਲ ਰਹੇ ਨੇ ਨਾ ਹੀ ਉਹਦਾ ਕੋਈ ਲੈਣਾ ਦੇਣਾ ਹੁੰਦਾ ਹਰ ਇੱਕ ਦਾ ਆਪਣਾ ਆਪਣਾ ਕਰਮ ਹੈ ਸੋ ਮੈਂ ਸਿਰਫ ਆਪਣੇ ਗੁਰੂ ਪਾਸ਼ਾ ਅੱਗੇ ਸਾਹਮਣੇ ਸੀ ਉਹਨਾਂ ਅੱਗੇ ਨਮਸਤਕ ਸੀ ਔਰ ਜੋ ਮੇਰੇ ਗੁਰੂ ਪਾਸ਼ਾ ਦਾ ਹੁਕਮ ਹੈ ਉਹਦੇ ਅਕੋਰਡਿੰਗ ਚੱਲਨੀ ਹੈ ਰੈਂਪ ਵਾਕ ਕੀਤਾ ਅਸੀਂ ਮੈਂ ਗੱਤਕਾ ਕੀਤਾ ਮਸ਼ਾਲਾਟ ਕੀਤਾ ਅਗਰ 19 ਮੈਸੇਜ ਵੀ ਦਿੱਤੇ ਤੇ ਮੈਂ ਐਕਟ ਦੇ ਜ਼ਰੀਏ ਦਿੱਤੇ ਹੋਲੀ-ਹੋਲੀ ਜੋ ਮੇਰੇ ਐਂਟੀ ਸੀ ਉਹ ਮੇਰੇ ਹੱਕ ਵਿੱਚ ਹੋ ਗਏ ਔਰ ਮੈਨੂੰ ਕਾਫੀ ਜ਼ਿਆਦਾ ਪਿਆਰ ਮਿਲਿਆ ਪੂਰੇ ਸਿੱਖ ਸਮੁਦਾਇ ਵੱਲੋਂ ਪਿਆਰ ਮਿਲਿਆ ਔਰ ਐਟ ਲੀਸਟ ਕਹਿ ਲੋ ਕਿ ਉੱਥੇ ਮੈਂ ਬਹੁਤ ਅੱਛਾ ਅਚੀਵ ਕੀਤਾ ਮਿਸਿਸ ਪੰਜਾਬ ਦੇ ਉਸ ਤੋਂ ਬਾਅਦ ਮਿਸਿਸ ਜ਼ੰਬੀ ਸਰ ਔਰ ਫਿਰ ਆਈਕੋਨਿਕ ਫੇਸ ਆਫ ਇੰਡੀਆ ਇੱਕ ਨਿਊਜ਼ੀਲੈਂਡ ਦੇ ਜੋਲੀ ਪ੍ਰੈਸ਼ਰ ਸੀ ਕਾਰਿਓਗ੍ਰਾਫਰ ਉਹਨਾਂ ਨੇ ਮੈਨੂੰ ਆ ਕਿ ਆਫਰ ਆਈ ਕਿ ਤੁਸੀਂ ਇਹ ਕਰੋ ਹਰਦੀ ਤੁਸੀਂ ਅੱਛਾ ਕਰ ਰਹੇ ਹੋ ਔਰ ਤੁਸੀਂ ਪਲੀਜ਼ ਕਰੋ ਸਾਡੇ ਨਾਲ ਵੀ ਐ ਮੈਨੂੰ ਡਾਇਰੈਕਟ ਉਹਨਾਂ ਵੱਲੋਂ ਕਾਲ ਆਈ ਔਰ ਮੈਂ ਮਿਸਿਸ ਅਰਥ ਪੰਜਾਬ ਜੋ ਸੌਰੀ ਆਈਕੋਨਿਕ ਫੇਸ ਆਫ ਇੰਡੀਆ ਅਰਥ ਮੈਂ ਜੁਆਇਨ ਕੀਤਾ ਔਰ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਵੀ ਇਨਵਾਈਟ ਕੀਤਾ ਜੋ ਕਿ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਪੰਜਾਬ ਯੂਨੀਵਰਸਿਟੀ ਵਿੱਚ ਸੋ ਕਾਫੀ ਅੱਛਾ ਰੈਫਰੈਂਸ ਮਿਲੇ ਮੈਨੂੰ ਉਹਨਾਂ ਦੇ ਵੱਲੋਂ ਵੀ ਕਾਫੀ ਅੱਛੇ ਲਿੰਕਸ ਬਣੇ ਔਰ ਉਹਨਾਂ ਨੇ ਵੀ ਕਾਫੀ ਮੇਰਾ ਫੇਵਰ ਕੀਤਾ ਔਰ ਅੱਗੇ ਲੈ ਕੇ ਗਏ ਮੈਨੂੰ ਔਰ ਹੌਲੀ-ਹੌਲੀ ਆ ਬਟ ਇੱਕ ਸਾਈਡ ਤੋਂ ਅਗਰ ਮੈਂ ਜ਼ਿੰਦਗੀ ਦੇ ਪੜਾਵਲ ਅੱਗੇ ਵਧ ਰਹੀ ਸੀ ਉਹੀ ਪਿੱਛੇ-ਪਿੱਛੇ ਹੌਲੀ-ਹੌਲੀ ਮੇਰੇ ਲਾਈਫ ਚੋ ਖਰਾਬ ਚੱਲ ਰਹੀ ਸੀ ਉਹਦੇ ਲਈ ਤੁਹਾਨੂੰ ਕਹਿੰਦੇ ਵੀ ਤੁਸੀਂ ਕੁਝ ਸੁਣਿਆ ਹੋਏਗਾ ਕਿ ਔਰਤ ਜਦੋਂ ਅੱਗੇ ਲੰਘਦੀ ਹੈ ਤੇ ਉਹਦੇ ਐਂਟੀ ਉਹਦੇ ਆਪਣੀ ਫੈਮਿਲੀ ਖੜੀ ਹੋ ਜਾਂਦੀ ਹੈ। ਔਰ ਉਹਲੀ ਫੈਮਿਲੀ ਜਿਹੜੀ ਆਲਰੇਡੀ ਕਦੀ ਨਾਲ ਹੀ ਨਹੀਂ ਸੀ। ਬਟ ਮੇਰੇ ਅੱਗੇ ਉਹ ਫੈਮਿਲੀ ਨਹੀਂ ਸੀ ਹੁਣ। ਮੇਰੇ ਅੱਗੇ ਸਿਰਫ ਮੇਰੀ ਫੈਮਿਲੀ ਮੇਰੀ ਅਸਲੀ ਦੌਲਤ ਮੇਰੇ ਬੱਚੇ ਸੀ। ਜਿਨ੍ਹਾਂ ਨੇ ਮੇਰੇ ਅੰਦਰ ਇਹ ਵਿਸ਼ਵਾਸ ਜਗਾਇਆ ਔਰ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚਿਆਂ ਦਾ ਵਿਸ਼ਵਾਸ ਟੁੱਟੇ ਮੇਰੇ ਬੱਚੇ ਅੰਦਰੋਂ ਕਮਜ਼ੋਰ ਹੋ ਜਾਣ ਕਿਉਂਕਿ ਅੱਜ ਜੇਕਰ ਮੈਂ ਹਿੰਮਤ ਹਾਰ ਜਾਨੀ ਆਪਣੇ ਦੁੱਖਾਂ ਤੋਂ ਤੇ ਮੇਰੇ ਬੱਚੇ ਕਾਨੂੰ ਕਿਵੇਂ ਲੜਨਗੇ ਅਗਰ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਆ ਤਾਂ ਸਾਡਾ ਰੂਪ ਇੱਕ ਸੰਤ ਵਰਗਾ ਵੀ ਹੈ ਤੇ ਇੱਕ ਸਿਪਾਹੀ ਵਰਗਾ ਵੀ ਹੈ ਗੁਰੂ ਪਾਸ਼ਾ ਨੇ ਕਿਹਾ ਕਿ ਚੁੰਕਾਰ ਅਜ਼ ਹਮਾ ਹਿਲਤੇ ਦਰ ਗੁਜਸ਼ ਹਲਾਲਸ ਬੁਰਦਨ ਬਾ ਸ਼ਮਸ਼ੀਰੇ ਦਸ ਕਹਿੰਦੇ ਕਿ ਕਿਰਪਾਨ ਕਿਸੇ ਚੁੱਕਣਾ ਸ਼ੌਕ ਨਹੀਂ ਹੁੰਦਾ ਲੇਕਿਨ ਉਹ ਮਜਬੂਰ ਹੋ ਜਾਂਦਾ ਉਹਨੂੰ ਮਜਬੂਰ ਕੀਤਾ ਜਾਂਦਾ ਮੈਨੂੰ ਵੀ ਮਜਬੂਰ ਕੀਤਾ ਗਿਆ ਅਗਰ ਮੈਂ ਸ਼ੌਕ ਮੈਨੂੰ ਹੁੰਦਾ ਨਾ ਐਸ ਰੋਲ ਮਾਡਲ ਵੱਲ ਜਾਣ ਵਾਸਤੇ ਮਾਡਲਿੰਗ ਕਰਨਾ ਤਾਂ ਮੇਰੀ ਜੋ ਲਾਈਫ ਸਟਾਰਟ ਹੋਈ ਹੈ ਨਾ ਬਿਊਟੀ ਵੀ ਸੀ ਬ੍ਰੇਨ ਵੀ ਸੀ ਐਜੂਕੇਸ਼ਨ ਵੀ ਸੀ ਔਰ ਮੈਂ ਉਦੋਂ ਹੀ ਸਟਾਰਟ ਕਰ ਸਕਦੀ ਸੀ ਲੇਕਿਨ ਮੇਰੇ ਸੁਪਨੇ ਸਿਰਫ ਮੇਰੇ ਘਰ ਦੇ ਨਾਲ ਜੁੜਿਆ ਸੀ ਲੇਕਿਨ ਇੱਕ ਮਜਬੂਰੀ ਮੇਰੇ ਬੱਚਿਆਂ ਦਾ ਵਿਸ਼ਵਾਸ ਉਹਨਾਂ ਦੀ ਲਾਈਫ ਇਹ ਮੇਰੇ ਲਈ ਬਹੁਤ ਜ਼ਰੂਰੀ ਹੈ ਇਸ ਦੁਨੀਆ ਨੂੰ ਛੱਡ ਕੇ ਮੈਂ ਦੁਨੀਆ ਦੀ ਪਰਵਾਹ ਨਹੀਂ ਕਰਦੀ ਨਾ ਹੀ ਡਰਦੀ ਹਾਂ ਅਗਰ ਮੈਂ ਸੱਚੀ ਆ ਤੇ ਮੈਂ ਡਰਦੀ ਵੀ ਨਹੀਂ ਸੋ ਮੈਂ ਹੱਗੇ ਤੁਰੀ ਆ ਔਰ ਨੈਕਸਟ ਵੀ ਅੱਗੇ ਉਹ ਕੰਮ ਕਰਦੀ ਰਵਾਂਗੀ ਜੋ ਮੇਰੇ ਫੈਮਿਲੀ ਦੇ ਲਈ ਮੇਰੇ ਬੱਚਿਆਂ ਦੇ ਲਈ ਔਰ ਮਾਨਵਤਾ ਦੀ ਭਲਾਈ ਦੇ ਲਈ ਹੋਣਗੇ ਕਿਉਂਕਿ ਹੁਣ ਤੱਕ ਵੀ ਮੈਂ ਜਿੰਨੇ ਹੀ ਵੀ ਕੰਮ ਕੀਤੇ ਆ ਐਜ਼ ਅ ਸੋਸ਼ਲ ਵਰਕ ਵੀ ਕੰਮ ਕੀਤੇ ਆ ਤਾਂ ਆਪਣੇ ਲਈ ਨਹੀਂ ਸੋਚਿਆ ਆਪਣੀ ਫੈਮਿਲੀ ਲਈ ਸੋਚਿਆ ਆਪਣੇ ਨੀਅਰ ਬਾਏ ਜੋ ਸਾਡੇ ਆਸ-ਪਾਸ ਦੇ ਲੋਕ ਨੇ ਜੋ ਜ਼ਰੂਰਤਮੰਦ ਨੇ ਉਹਨਾਂ ਦੇ ਲਈ ਮੈਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਹੂਲਤ ਦੇਣ ਦੀ ਮੋਡਲਿੰਗ ਤੋਂ ਇਲਾਵਾ ਤੁਸੀਂ ਹੋਰ ਕੀ ਕੁਝ ਕੀਤਾ ਜਿਸ ਤਰ੍ਹਾਂ ਕੇ ਫਿਲਮਾਂ ਵੀ ਨੇ ਗੀਤ ਵੀ ਨੇ ਗਾਣੇ ਵੀ ਨੇ ਧਾਰਮਿਕ ਕੁਝ ਲਾਸਟ ਤੁਹਾਡੇ ਵੀ ਆਏ ਆ ਤਾਂ ਉਸ ਬਾਰੇ ਥੋੜਾ ਦੱਸੋ ਜੀ ਬਿਲਕੁਲ ਮੈਂ ਜਦੋਂ ਆਈਕੋਨਿਕ ਫੇਸ ਆਫ ਅਰਥ ਇੰਡੀਆ ਮੈਂ ਵਨ ਕੀਤਾ ਉਸ ਤੋਂ ਬਾਅਦ ਮੈਨੂੰ ਕਾਫੀ ਅਵਾਰਡਸ ਮਿਲੇ ਐਗਜ਼ੋਟਿਕ ਔਮਨ ਇੰਟਰਨੈਸ਼ਨਲ ਵੰਡਰ ਔਮਨ ਕੁਝ ਮਤਲਬ ਕਾਫੀ ਮੈਨੂੰ ਨਾਮ ਵੀ ਹੁਣ ਯਾਦ ਨਹੀਂ ਕਿ ਐਨੇ ਜ਼ਿਆਦਾ ਮੈਨੂੰ ਅਵਾਰਡ ਮਿਲ ਚੁੱਕੇ ਨੇ ਗਤਕਾ ਸਨਮਾਨ ਸੋ ਚਲੋ ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਨੂੰ ਇਹਨਾਂ ਸਨਮਾਨ ਮਿਲਿਆ ਮੈਂ ਇਸ ਲਾਇਕ ਤੇ ਨਹੀਂ ਬਟ ਵਾਹਿਗੁਰੂ ਦੀ ਕਿਰਪਾ ਹੈ ਔਰ ਹੁਣ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀ ਦਾ ਫਿਲਮ ਸੀ ਨਰੇਸ਼ ਕਥੂਰੀਆ ਜੀ ਦੀ ਉਹਦੇ ਵਿੱਚ ਮੇਰਾ ਫਰਸਟ ਟੇਕ ਹੋਇਆ ਔਰ ਰਾਜਪਾਲ ਯਾਦਵ ਜੀ ਦੇ ਨਾਲ ਮੇਰੀ ਉਹ ਪਹਿਲੀ ਫਿਲਮ ਸੀ ਨੈਕਸਟ ਉਸ ਤੋਂ ਬਾਅਦ ਮੈਂ ਸੋਦਾ ਫਿਲਮ ਕੀਤੀ ਹੈ ਜੋ ਇੰਟਰਨੈਸ਼ਨਲ ਫਿਲਮ ਹੈ ਔਰ ਸ਼ੂਟ ਕੰਪਲੀਟ ਹੋ ਚੁੱਕਾ ਹੈ ਲੇਕਿਨ ਰਿਲੀਜ਼ ਦੇ ਲਈ ਲਾਕਡਾਊਨ ਦੀ ਵੇਟ ਹੋ ਰਹੀ ਸੀ ਨੈਕਸਟ ਮੇਰੀ ਮੂਵੀ ਆ ਰਹੀ ਹੈ ਹਵੇਲੀ ਇਨ ਟ੍ਰਬਲ ਔਰ ਹੁਣ ਲਾਕਡਾਊਨ ਦੀ ਵਜ੍ਹਾ ਕਰਕੇ ਉਹ ਵੀ ਡਿਲੇ ਹੈ ਲੇਕਿਨ ਸ਼ੂਟ ਜਲਦੀ ਸਟਾਰਟ ਹੋਣਗੇ ਔਰ ਕੁਝ ਸੌਂਗਸ ਵੈਬ ਸੀਰੀਜ਼ ਔਰ ਸ਼ਾਰਟ ਮੂਵੀਜ਼ ਕਰ ਚੁੱਕੀਆਂ ਨੇ ਨੈਕਸਟ ਵੀਕ ਅੱਗੇ ਵੀ ਕਰਾਂਗੀ ਓਪਰਚ्युनिटीज ਕਾਫੀ ਆ ਰਹੀਆਂ ਐਜ਼ ਅ ਸੋਸ਼ਲ ਵਰਕ ਕੰਮ ਕਰ ਰਹੀਆਂ ਔਰ ਬਾਲਾ ਜੀ ਦੇ ਨਾਲ ਜੁੜੀ ਹੋਈਆਂ ਔਰ ਪੰਜਾਬ ਦੀ ਮੈਂ ਡਾਇਰੈਕਟਰ ਹਾਂ ਬਾਲਾ ਜੀ ਵੱਲੋਂ ਉਹਨਾਂ ਦੇ ਅੰਡਰ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਔਰ ਸੈਕਿੰਡ ਯੂਵਾ ਭਾਰਤ ਐਨਜੀਓ ਹੈ ਉਹਦੀ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ ਪੰਜਾਬ ਦੀ ਸੋ ਐਸਟਰਲ ਸਰਕਲ ਤੇ ਚੱਲੀ ਜਾ ਰਿਹਾ ਕੁਛ ਨਾ ਕੁਛ ਮਿਲਦਾ ਜਾ ਰਿਹਾ ਹਾਸਿਲ ਹੋ ਰਿਹਾ ਹੈ ਕਿਉਂਕਿ ਜਦੋਂ ਮੈਂ ਅੱਗੇ ਵਧ ਰਹੀ ਸੀ ਤੇ ਬਹੁਤ ਕ੍ਰਿਟੀਸਾਈਜ਼ ਹੋਇਆ ਸੀ ਕਿਉਂਕਿ ਇੱਕ ਗੁਰਸੇ ਖਿਡਾਰਕੀ ਇਹ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ ਮੇਰੇ ਮੈਂ ਲਾਈਫ ਦੀ ਉਹ ਪਹਿਲੀ ਲੜਕੀਆਂ ਦੁਨੀਆ ਦੀ ਜਿਹੜੀ ਇੱਕ ਗੁਰਸੇ ਹੋਣ ਦੇ ਨਾਤੇ ਲੈਵਲ ਤੇ ਅੱਗੇ ਆਈ ਹੈ ਕਹਿੰਦੇ ਜਦੋਂ ਪਹਾੜ ਵਿੱਚ ਰਸਤਾ ਬਣਾਉਣਾ ਹੁੰਦਾ ਹੈ ਨਾ ਰਸਤਾ ਬਣਾਉਣਾ ਬਹੁਤ ਔਖਾ ਹੁੰਦਾ ਹੈ ਚਟਾਨ ਨੂੰ ਕਟਣਾ ਬਹੁਤ ਆਖਾ ਹੁੰਦਾ ਔਰ ਇਹ ਦੁਨੀਆ ਦੇ ਕੁਝ ਐਸੇ ਲੋਕ ਨੇ ਜਿਹੜੇ ਚਟਾਨ ਦੀ ਤਰ੍ਹਾਂ ਮੇਰੇ ਅੱਗੇ ਖੜੇ ਸੀ ਲੇਕਿਨ ਅਗਰ ਤੁਹਾਡਾ ਰਸਤਾ ਸਹੀ ਇਹ ਤੇ ਤੁਸੀਂ ਚੱਲ ਸਕਦੇ ਹੋ ਅੱਗੇ ਹਿੰਮਤ ਨਾਲ ਕਰੋ ਤੇ ਉਹ ਰਸਤਾ ਬਣਾਇਆ ਔਰ ਉਹ ਰਸਤਾ ਅੱਜ ਉਹਨਾਂ ਲੜਕੀਆਂ ਵਾਸਤੇ ਬਣਿਆ ਹੈ ਜਿਹੜੀਆਂ ਅੱਗੇ ਆਣਾ ਚਾਹੁੰਦੀਆਂ ਗੁਰਸਿੱਖੀ ਬਾਣੀ ਵਿੱਚ ਕੁਝ ਕਰਨਾ ਚਾਹੁੰਦੀਆਂ ਆਈ ਹੋਪ ਕਿ ਮੈਂ ਜਿਵੇਂ ਡਾਇਰੈਕਟਰ ਆਫ ਬਾਲਾਜੀ ਪੰਜਾਬ ਦੀ ਮੈਂ ਹੈਗੀ ਆ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਸਿੱਖ ਭੈਣ ਭਰਾ ਜਿਹੜੇ ਕਿ ਕੁਝ ਕਰਨਾ ਚਾਹੁੰਦੇ ਨੇ ਲੇਕਿਨ ਉਹ ਕੁਛ ਡਰਦੇ ਹੋਏ ਦੁਨੀਆ ਤੋਂ ਜਾਂ ਉਹਨਾਂ ਲੋਕਾਂ ਤੋਂ ਅੱਜਕੱਲ ਕਿਉਂਕਿ ਬਹੁਤ ਮਿਸਗਾਈਡ ਹੋ ਰਹੇ ਨੇ ਬੱਚੇ ਮਿਸਯੂਜ਼ ਵੀ ਹੋ ਰਹੇ ਨੇ ਉਹਨਾਂ ਦੇ ਅੰਦਰ ਜਿਹੜੀਆਂ ਇੱਛਾਵਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹ ਕਾਫੀ ਹੱਦ ਤੱਕ ਅੱਗੇ ਚਲੇ ਜਾਂਦੇ ਨੇ ਲੇਕਿਨ ਇੱਕ ਲਿਮਿਟ ਹੁੰਦੀ ਹੈ ਤੁਹਾਡੇ ਅੰਦਰ ਸਿਕਸ ਸੈਂਸ ਹੋਣੀ ਚਾਹੀਦੀ ਹੈ ਕਿ ਕੋਈ ਇਨਸਾਨ ਕਿਸ ਹੱਦ ਤੱਕ ਰਹਿਣਾ ਚਾਹੀਦਾ ਇਹ ਤੁਸੀਂ ਡਿਸਾਈਡ ਕਰਨਾ ਹੈ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਜਾਣੂ ਕਰਵਾਣਾ ਉਹਨਾਂ ਨੂੰ ਆਪਰਚ्युनिटी ਦੇਣੀ ਔਰ ਉਹਨਾਂ ਦਾ ਕੋਈ ਮਿਸਗਾਈਡ ਨਾ ਕਰ ਸਕੇ ਇਸ ਲਈ ਉਹਨਾਂ ਨੂੰ ਕੰਮ ਦੇਣਾ ਮੇਰਾ ਹੀ ਮੋਟਿਵ ਹੈ ਖਾਸ ਤੌਰ ਤੇ ਮੇਰੇ ਸਿੱਖ ਭੈਣ ਭਰਾ ਮੇਰੀਆਂ ਭੈਣਾਂ ਜਿਹੜੀ ਗੁਰਸਿੱਖੀ ਬਾਣੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਲਈ ਅੱਗੇ ਰਸਤਾ ਲੈ ਕੇ ਆਣਾ ਮੈਂ ਵੀ ਬਸ ਠੀਕ ਹੈ ਇੱਕ ਗੁਰਸਿੱਖ ਲੜਕੀ ਆ ਮੈਂ ਆਪਣੇ ਸ਼ੌਂਕ ਨਾਲ ਨਹੀਂ ਆਈ ਲੇਕਿਨ ਹੁਣ ਮੈਂ ਸ਼ੌਂਕ ਨਾਲੋਂ ਕੰਮ ਕਰ ਰਹੀ ਆ ਕਿਉਂਕਿ ਮੇਰੀ ਜ਼ਿੰਦਗੀ ਦਾ ਮੇਨ ਮੋਟਿਵ ਹੀ ਮਾਨਵਤਾ ਦੀ ਸੇਵਾ ਸੀ ਮੇਰੀ ਜ਼ਿੰਦਗੀ ਦਾ ਮੋਟਿਵ ਹੀ ਮੇਰੀ ਫੈਮਲੀ ਦੀ ਖੁਸ਼ੀ ਸੀ ਔਰ ਮੇਰੀ ਫੈਮਲੀ ਖੁਸ਼ ਹੈ ਔਰ ਚਲੋ ਸਾਰਿਆਂ ਨੂੰ ਖੁਸ਼ ਕੋਈ ਵੀ ਨਹੀਂ ਕਰ ਸਕਦਾ ਸਾਡੀ ਗੁਰੂ ਵੀ ਨਹੀਂ ਕਰ ਸਕਦੇ ਤੇ ਮੈਂ ਤੇ ਬਹੁਤ ਉਤਸ਼ਾਹੀਆਂ ਬਹੁਤ ਦਿਨ ਕੰਮ ਆਤਰਾਂ ਤੇ ਮੇਰੇ ਵਜ੍ਹਾ ਨਾਲ ਇੱਕ ਦੇ ਚਿਹਰੇ ਤੇ ਵੀ ਮੁਸਕਾਨ ਆਂਦੀ ਹੈ ਨਾ ਤੇ ਮੈਂ ਸਮਝਦੀ ਆ ਕਿ ਮੇਰੀ ਕੋਸ਼ਿਸ਼ ਸਫਲ ਹੋ ਗਈ ਤੇ ਵਾਈਗਰ ਹਿੰਮਤ ਦੇਣ ਅਗੋਂ ਵੀ ਅਸੀਂ ਨੈਕਸਟ ਮੈਂ ਕਾਫੀ ਪ੍ਰੋਜੈਕਟ ਲੈ ਕੇ ਆ ਰਹੀ ਆ ਐਜ਼ ਅ ਸਰਪ੍ਰਾਈਜ਼ ਤੁਹਾਨੂੰ ਉਸ ਟਾਈਮ ਟਾਈਮ ਟੂ ਟਾਈਮ ਤੁਹਾਨੂੰ ਕਲੀਅਰ ਕਰਾਂਗੇ ਔਰ ਕੋਸ਼ਿਸ਼ ਹੈ ਹਰ ਇੱਕ ਨੂੰ ਅੱਗੇ ਲੈ ਕੇ ਜਾਈਏ ਔਰ ਸਹੀ ਰਸਤੇ ਵਿੱਚ ਲੈ ਕੇ ਚੱਲੀਏ ਹਰਜੀਪ ਜੋ ਤੁਸੀਂ ਇੰਡਸਟਰੀ ਅਪਣਾਈ ਹੈ ਇਹਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਚਾਹੇ ਸਾਡੇ ਕੋਈ ਨੌਜਵਾਨ ਲੜਕੇ ਵੀ ਨਹੀਂ ਚਾਹ ਸਿੱਖਨੇ ਲੇਕਿਨ ਇੱਕ ਬੰਬੇ ਹੈ ਜਿਹਨੂੰ ਕਿ ਅਸੀਂ ਮਾਇਆ ਨਗਰੀ ਕਹਿੰਦੇ ਆ ਉੱਥੇ ਆਪਣੇ ਕਰੈਕਟਰ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਆ ਕੀ ਕਹਿੰਦੇ ਕਿ ਉਹ ਪਰਦੇ ਤੋਂ ਹੋਈ ਜਾ ਰਹੇ ਆ ਕਿ ਹਾਂ ਭਈ ਅਸੀਂ ਪਰਦੇ ਤੇ ਆਣਾ ਵਾ ਲੇਕਿਨ ਤੁਸੀਂ ਇਹ ਆਪਣੀ ਜਿਹੜੀ ਪਰੰਪਰਾ ਹੈਗੀ ਜਿਹੜੀ ਸਿੱਖੀ ਰੂਪ ਦੇ ਵਿੱਚ ਹੈ ਉਹ ਕਿਸ ਤਰ੍ਹਾਂ ਕਾਇਮ ਰੱਖੀ ਹੈ ਹੋ ਸਕਦਾ ਹੈ ਕਿ ਤੁਹਾਨੂੰ ਵੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਹੋਣ ਕਿ ਨਹੀਂ ਬਈ ਇਸ ਦੇ ਵਿੱਚ ਤੇਰਾ ਕੈਰੇਕਟਰ ਜਿਹੜਾ ਹੈ ਕਿ ਇਸ ਸਿੱਕੀ ਦੇ ਰੂਪ ਤੋਂ ਬਿਨਾਂ ਹੈ ਕੋਈ ਇਸ ਤਰ੍ਹਾਂ ਦੀ ਵੀ ਕੋਈ ਕਦੀ ਪ੍ਰੋਵੀਜ਼ਨ ਆਈ ਹਾਂਜੀ ਬਿਲਕੁਲ ਦੇਖੋ ਇਹ ਤੇ ਅਗਰ ਲੋਕ ਨਹੀਂ ਕਹਿਣਗੇ ਕਿੰਦੇ ਕੁਝ ਤੋਂ ਲੋਕ ਕਹੇਂਗੇ ਕੁ ਲੋਕਾਂ ਦਾ ਕੰਮ ਹੈ ਕਹਿਣਾ ਤੇ ਲੋਕਾਂ ਨੇ ਕੁਝ ਨਾ ਕੁਝ ਤੇ ਕਹਿਣਾ ਹੈ ਲੇਕਿਨ ਉਹਨਾਂ ਦੀ ਗੱਲ ਨੂੰ ਉਹਦਾ ਬੁਰਾ ਨਾ ਮਨਾਓ ਕਿਉਂਕਿ ਅਗਰ ਐਜੇ ਲੋਕ ਨਹੀਂ ਹੋਣਗੇ ਤੁਸੀਂ ਅੱਗੇ ਨਹੀਂ ਵਧੋਗੇ ਜਿਹੜੇ ਤੇ ਗੱਲਾਂ ਸੁਣ ਕੇ ਹਾਰ ਜਾਂਦੇ ਆ ਨਾ ਤੇ ਉਹ ਕਦੀ ਅੱਗੇ ਨਹੀਂ ਵਧ ਸਕਦੇ। ਇਹ ਤੁਹਾਡੀ ਤੁਹਾਡੇ ਅੰਦਰ ਦਾ ਜਜ਼ਬਾ ਹੀ ਹੈ ਪੈਦਾ ਕਰਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਜਵਾਬ ਕਿਵੇਂ ਦੇਣਾ ਹੈ। ਕੁਝ ਲੋਕ ਸਾਇਲੈਂਟ ਹੋ ਕੇ ਦੇ ਦਿੰਦੇ ਨੇ, ਕੁਝ ਸ਼ੋਰ ਪਾ ਕੇ। ਅਸੀਂ ਸਾਇਲੈਂਟ ਹੋ ਕੇ ਦਿੰਨੇ ਆ। ਜਿਸ ਦਾ ਹਾਂ ਮੇਰੇ ਅੱਗੇ ਵੀ ਇਹ ਪ੍ਰੋਬਲਮਸ ਆਈਆਂ। ਮੈਨੂੰ ਅ ਮਤਲਬ ਬਹੁਤ ਕਿਹਾ ਗਿਆ ਹਾਂ ਤੁਸੀਂ ਗੁਰਸਿੱਖ ਹੋ, ਤੁਸੀਂ ਆਈਬ੍ਰੋ ਕਰਦੇ ਹੋ। ਤੁਸੀਂ ਕੇਸ ਕਤਲ ਕੀਤੇ ਹੈ। ਮਤਲਬ ਇਨਸਾਨ ਦਾ ਬਿਊਟੀਫੁੱਲ ਹੋਣਾ ਵੀ ਅਸੀਂ ਮਾਨ ਨਹੀਂ ਕਰਦੇ ਲੇਕਿਨ ਹਾਂ ਹੰਕਾਰ ਨਹੀਂ ਹੈ ਲੇਕਿਨ ਗੁਰੂ ਪਾਸ਼ਾ ਦੀ ਕਿਰਪਾ ਹੈ ਕਹਿੰਦੇ ਠੀਕ ਹੈ ਉਸ ਵਾਹਿਗੁਰੂ ਨੇ ਸਾਨੂੰ ਅਗਰ ਰੂਪ ਦਿੱਤਾ ਹੈ ਤਾਂ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਲੇਕਿਨ ਜ਼ਰੂਰੀ ਨਹੀਂ ਕਿ ਤੁਸੀਂ ਜੋ ਦੇਖ ਰਹੇ ਹੋ ਸੱਚ ਹੈ ਅਸੀਂ ਜੋ ਤੁਹਾਡੇ ਸਾਹਮਣੇ ਐਜ਼ ਇਟ ਇਜ਼ ਉਸੇ ਤਰ੍ਹਾਂ ਦੇ ਹਾਂ ਔਰ ਮੈਂ ਆਸਤਾ ਕਦੀ ਆਪਣੀ ਮर्याਦ ਨੂੰ ਕਦੀ ਮੈਂ ਆਪਣੇ profession ਪਿੱਛੇ ਕੁਰਬਾਨੀ ਨਹੀਂ ਕੀਤਾ ਔਰ ਸੈਕਿੰਡ ਹੈ ਕਿ ਦੇਖੋ ਕਿੱਥੇ ਵੀ ਵਲਗਰ ਵਲਗੈਰਿਟੀ ਨਹੀਂ ਹੈ ਕਿਹੜੀ ਫੀਲਡ ਵਿੱਚ ਗਲਤ ਨਹੀਂ ਹੋ ਰਿਹਾ ਤੁਸੀਂ ਅੱਜ ਇੱਥੇ ਖੜੇ ਹੋ ਚਾਰ ਲੜਕੇ ਨੰਗਦੇ ਹੋਣਗੇ ਦੇਖਦੇ ਜਾਣਗੇ ਕੀ ਉਹ ਬਲਗਰ ਨਹੀਂ ਉਹ ਗਲਤ ਨਹੀਂ ਹੈ ਕਿ ਤੁਸੀਂ ਅਗਰ ਜੌਬ ਕਰ ਰਹੇ ਹੋ ਉੱਥੇ ਤੁਹਾਡੇ ਨਾਲ ਮਿਸਬੀਹੇਵੀ ਹੋ ਰਿਹਾ ਉੱਥੇ ਗਲਤ ਗੱਲਾਂ ਵੀ ਹੋ ਰਹੀਆਂ ਸਭ ਕੁਝ ਹੋ ਰਿਹਾ ਕਿ ਉੱਥੇ ਉਹ ਗਲਤ ਨਹੀਂ ਹੋ ਰਿਹਾ ਗਲਤ ਹੋ ਰਿਹਾ ਉਹ ਮਾਇਨੇ ਨਹੀਂ ਰੱਖਦਾ ਤੁਸੀਂ ਗਲਤ ਕਰਵਾ ਰਹੇ ਹੋ ਉਹ ਮਾਇਨੇ ਰੱਖਦਾ ਤੁਸੀਂ ਕਿਸੇ ਨੂੰ ਮੌਕਾ ਦੇ ਰਹੇ ਹੋ ਉਹ ਮਾਇਨੇ ਰੱਖਦਾ ਅਗਰ ਤੁਹਾਡੀ ਇੱਕ ਅੱਖ ਦੀ ਕੁੜੀ ਅਗਰ ਮੈਨੂੰ ਕੋਈ ਦੇਖ ਰਿਹਾ ਔਰ ਮੇਰੀ ਨਿਗਾ ਉਹਦੇ ਵਾਸਤੇ ਕੀ ਹੈ ਉਹ ਸਿਕਸੈਂਸ ਹੈ ਆਪਣੀ ਵੀ ਉਹ ਸਾਨੂੰ ਕਿਸ ਬਿਹੇਵ ਨਾਲ ਕਿਸ ਅ ਨਜ਼ਰੀਏ ਨਾਲ ਦੇਖ ਰਿਹਾ ਹੈ ਉਹ ਤੁਸੀਂ ਉਹਨੂੰ ਕੀ ਰਿਸਪੌਂਸ ਕਰਨਾ ਤੁਹਾਡੀ ਲਿਮਿਟ ਕਿੱਥੇ ਹੈ ਔਰ ਉਹਦੀ ਲਿਮਿਟ ਕਿੱਥੇ ਹੈ ਤੁਸੀਂ ਡਿਸਾਈਡ ਕਰਨਾ ਜਦੋਂ ਤੱਕ ਤੁਸੀਂ ਐਗਰੀ ਨਹੀਂ ਉਦੋਂ ਤੱਕ ਕੁਝ ਵੀ ਪੋਸੀਬਲ ਨਹੀਂ ਹਰ ਜਗ੍ਹਾ 'ਚ ਤੁਸੀਂ ਕੋਈ ਵੀ ਇਹ ਚੀਜ਼ਾਂ ਨਹੀਂ ਹੈ ਹਰ ਪਲੇਸ 'ਤੇ ਹੈ ਹਰ ਜਗ੍ਹਾ 'ਤੇ ਹਰ ਸ਼ਹਿਰ 'ਚ ਹਰ ਆਫਿਸ ਵਿੱਚ ਇਹ ਚੀਜ਼ਾਂ ਹੈਗੀਆਂ ਚਾਹੇ ਉਹ ਬਾਲੀਵੁੱਡ ਹੈ ਚਾਹੇ ਉਹ ਬਾਲੀਵੁੱਡ ਹੈ ਖਤਰਾਂ ਦੀ ਫੀਲਡ ਵਿੱਚ ਇਹ ਸਭ ਚੱਲ ਰਿਹਾ ਹੈ ਕਾਲਜ ਚਲ ਜਾਓ ਸਕੂਲ ਚਲ ਜਾਓ ਤੁਸੀਂ ਖੁਦ ਕਹੋਗੇ ਹਾਂ ਇੱਥੇ ਸਭ ਕੁਝ ਹੋ ਰਿਹਾ ਹੈ ਅੱਜ ਕੱਲ ਕੁੜੀਆਂ ਮੁੰਡੇ ਭੱਜ ਰਹੇ ਨੇ ਬੜਾ ਕੁਝ ਹੋ ਰਿਹਾ ਹੈ ਲੀਵਿੰਗ ਰਿਲੇਸ਼ਨ ਚੱਲ ਰਹੇ ਨੇ ਇਹ ਕੀ ਹੈ ਉਹ ਜ਼ਰੂਰੀ ਨਹੀਂ ਕਿ ਉਹ ਇੰਡਸਟਰੀ ਨਾਲ ਜੁੜੇ ਹੋਏ ਨੇ ਲੇਕਿਨ ਤੁਸੀਂ ਅਗਰ ਅ ਤੜੇ ਅੰਦਰ ਇੱਕ ਸ਼ਰਮ ਹੈ ਤੁਹਾਨੂੰ ਪਤਾ ਹੈ ਕਿ ਇੱਜ਼ਤ ਹੁੰਦੀ ਕੀ ਹੈ ਤਾਂ ਤੁਸੀਂ ਆਪਣੀ ਲਿਮਟ ਨੂੰ ਰੱਖੋਗੇ ਆਪਣੇ ਮਤਲਬ ਆਪਣੀ ਲਿਮਟ ਦੇ ਅੰਦਰ ਖੁਦ ਨੂੰ ਰੱਖੋਗੇ ਔਰ ਦੂਸਰੇ ਨੂੰ ਉਹਦੀ ਲਿਮਟ ਨੂੰ ਕਰਾਸ ਕਰਨ ਨਹੀਂ ਦਿਓਗੇ ਅਗਰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੁਸੀਂ ਬਾਰ ਬਾਰ ਕਿਸੇ ਨੂੰ ਸਮਝਾਓਗੇ ਤੇ ਸਮਝ ਲੱਗ ਜਾਈਗੇ ਉਹਨਾਂ ਨੂੰ ਵੀ ਇਹ ਪਰਸਨ ਇਸ ਤਰ੍ਹਾਂ ਦਾ ਨਹੀਂ ਹੈ ਪਰਖਦੀ ਹੈ ਦੁਨੀਆ ਪਰਖਣਾ ਪੈਂਦਾ ਮੈਨੂੰ ਵੀ ਪਰਖਿਆ ਗਿਆ ਬਟ ਮੈਨੂੰ ਪਤਾ ਮੇਰਾ ਰਸਤਾ ਸਿੱਧਾ ਹੈ ਮੇਰੀ ਪ੍ਰੋਫਾਈਲ ਨੂੰ ਤੁਸੀਂ ਚੈੱਕ ਕਰੋ ਸਪੈਸ਼ਲੀ ਲਿਖਿਆ ਹੁੰਦਾ ਕਿ ਮੇਰਾ ਵਰਕ ਕੀ ਹੈ ਔਰ ਮੈਂ ਕਿਹ ਵਜੇ ਵਰਕ ਕਰਦੀ ਹਾਂ ਇਸ ਨਾਲ ਮੈਨੂੰ ਕੋਈ ਐਕਸਟਰਾ ਪਰਸਨ ਕੋਈ ਓਪਰਚ्युनिटी ਮੈਨੂੰ ਮਿਲਦੀ ਵੀ ਹੋਵੇ ਨਾ ਤੇ ਮੈਂ ਮਨਾ ਕਰ ਦਿੰਦੀ ਚਾਹੇ ਜਿਸ ਨਾਲ ਮਰਜ਼ੀ ਦੀ ਹੋਵੇ ਲੇਕਿਨ ਮੇਰੇ ਅੱਗੇ ਵਾਹਿਗੁਰੂ ਦੀ ਕਿਰਪਾ ਨਾਲ ਅਸਤਾ ਕਿਸੇ ਨੇ ਅਸਤਾ ਦੀ ਗੱਲ ਨਹੀਂ ਕੀਤੀ ਹਾਂ ਅਗਰ ਫਿਲਮ ਲਾਈਨ 'ਚ ਕੋਈ ਅਸਤਾ ਦਾ ਕਨਸੈਪਟ ਹੋਵੇ ਜੇ ਮਤਲਬ ਬਜਟ ਨਹੀਂ ਮੈਂ ਕਦੀ ਦੇਖਿਆ ਜੇ ਛੋਟਾ ਵੀ 1% ਵੀ ਉਹਦੇ ਵਿੱਚ ਕੋਈ ਐਵਜੀ ਪ੍ਰੋਬਲਮ ਹੁੰਦੀ ਹੈ ਕਿ ਜਿਹੜੀ ਮੇਰੀ ਮਰਿਆਦਾ ਨੂੰ ਕਰਦੀ ਹੋਵੇ ਸੋ ਮੈਂ ਉਹਨੂੰ ਮਨਾ ਕਰ ਦਿੰਦੀ ਆ ਮੈਂ ਪੈਸਾ ਕਦੀ ਨਹੀਂ ਦੇਖਿਆ ਲੇਕਿਨ ਮੈਂ ਨਾਮ ਕਮਾਣਾ ਚਾਹਨੀ ਆ ਇੱਕ ਮੈਸੇਜ ਦੇਣਾ ਚਾਹਨੀ ਆ ਸਮਾਜ ਨੂੰ ਵੀ ਤੁਸੀਂ ਡਿਸਾਈਡ ਕਰਦੇ ਹੋ ਤੁਹਾਡੇ ਨਾਲ ਕੀ ਹੋਣਾ ਚਾਹੀਦਾ ਪਰਮਾਤਮਾ ਨੇ ਕਿਸਮਤ ਨਹੀਂ ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਹੈ ਪਰਮਾਤਮਾ ਨੇ ਕਿਹਾ ਕਰਮ ਕਰੋ ਕਰਮ ਕਰਨ ਨਾਲ ਤੁਹਾਡੀ ਕਿਸਮਤ ਬਦਲਦੀ ਹੈ ਮੈਂ ਤੁਹਾਡੇ ਨਾਲ ਹਾਂ ਤੁਹਾਡੇ ਸਹੀ ਰਸਤੇ 'ਚ ਮੈਂ ਤੁਹਾਡੇ ਨਾਲ ਹਾਂ ਤੋਂ ਅਸੀਂ ਬਟ ਕੀ ਕਰਦੇ ਅਸੀਂ ਇੱਥੇ ਬੈਠ ਗਏ ਹਾਂ ਔਰ ਕਿਸਮਤ ਨੂੰ ਕਹਿੰਦੇ ਵੀ ਇਹ ਅੰਬ ਡਿੱਗ ਜੇ ਮੇਰੇ ਉੱਤੇ ਮੈਂ ਵੇਖਦਾ ਪਿਆ ਵੇਖਦਾ ਪਿਆ ਅਸੀਂ ਕਿਸਮਤ ਅਸੂਰ ਦਿੰਦੇ ਮਿਹਨਤ ਕਰਨ ਵਾਲੇ ਅਗਰ ਕਾਮਯਾਬ ਹੋਣ ਤੇ ਜਿਹੜੇ ਰੋਡਸ ਤੇ ਮਜ਼ਦੂਰ ਕੰਮ ਕਰ ਰਹੇ ਨੇ ਉਹ ਵੀ ਲੈਂਡਲੋਰਡ ਬਣ ਜਾਂਦੇ ਲੇਕਿਨ ਨਾ ਤੇ ਖਾਲੀ ਮਿਹਨਤ ਕੰਮ ਆਂਦੀ ਹੈ ਨਾ ਹੀ ਸਿਰਫ ਕਿਸਮਤ ਕੰਮ ਆਂਦੀ ਹੈ ਤੜੀ ਹਿੰਮਤ ਤੁਹਾਡਾ ਜਜ਼ਬਾ ਤੁਹਾਡਾ ਕਰਮ ਇਹ ਤੁਹਾਨੂੰ ਪ੍ਰਦਾਨ ਬਣਾਉਂਦੇ ਨੇ ਔਰ ਇੱਕ ਗੱਲ ਹੋਰ ਕੀ ਤੁਸੀਂ ਕਹਿਆ ਕਿ ਮੇਰੀ ਲਾਈਫ ਚ ਬੀਐਸ ਦਾ ਦੀ ਪ੍ਰੋਬਲਮਸ ਆਈਆਂ ਬਿਲਕੁਲ ਆਈਆਂ ਔਰ ਉਠਾਇਆ ਵੀ ਗਿਆ ਜਿਹੜੇ ਮੇਰੇ ਐਂਟੀ ਸੀ ਉਹਨਾਂ ਨੇ ਇਹਨਾਂ ਗੱਲਾਂ ਨੂੰ ਉਠਾਇਆ ਵੀ ਸੋ ਮੈਂ ਜਵਾਬ ਇਹੀ ਗੱਲ ਦੇਣਾ ਚਾਹਨੀ ਹੈ ਕਿ ਅਗਰ ਮੈਂ ਗਲਤ ਕਰਾਂਗੀ ਤਾਂ ਮੈਂ ਆਪਣੇ ਗੁਰੂ ਪ੍ਰਤੀ ਜਵਾਬ ਦੇਆ ਮੈਂ ਤੁਹਾਡੇ ਪ੍ਰਤੀ ਨਹੀਂ ਆ ਔਰ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹਨੀ ਜਿਹੜੇ ਆਪਣੀਆਂ ਇੱਛਾਵਾਂ ਨੂੰ ਦੱਬ ਕੇ ਘਰਾਂ ਵਿੱਚ ਬੈਠੇ ਹੋਏ ਨੇ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਚਾਹੇ ਉਹ ਫੀਲਡ ਕੋਈ ਵੀ ਹੋਵੇ ਚਾਹੇ ਉਹ ਇੰਡਸਟਰੀ ਆ ਚਾਹੇ ਉਹ ਆਫਿਸ ਲਾਈਨ ਹੈ ਸਟੱਡੀ ਲਾਈਨ ਹੈ ਇੱਕ ਵਾਰੀ ਮਨ ਵਿੱਚ ਤਾਲੋ ਅਗਰ ਘਰ ਤੋਂ ਬਾਹਰ ਪੈਰ ਪੁੱਟਦੀ ਏ ਔਰਤ ਤਾਂ ਉਹਦੇ ਲਈ ਕੁਛ ਨਾ ਕੁਛ ਐਂਟੀ ਖੜੇ ਹੋਣਗੇ ਹੀ ਹੋਣਗੇ ਪਤਾ ਨਹੀਂ ਮੈਂਟੈਲਿਟੀ ਕੀ ਹੈ ਕਿ ਅਗਰ ਪਰਿਵਾਰ ਨਾਲ ਹੈ ਤਾਂ ਔਰਤ ਸਹੀ ਹੈ ਲੇਕਿਨ ਅਗਰ ਪਰਿਵਾਰ ਨਾਲ ਨਹੀਂ ਹੈ ਤਾਂ ਔਰਤ ਗਲਤ ਹੈ ਔਰਤ ਦੀ ਆਪਣੀ ਕੋਈ ਇਮੇਜ ਨਹੀਂ ਹੈ ਉਹਨੂੰ ਜਾਂ ਤਾਂ ਹਸਬੰਡ ਦੇ ਨਾਲ ਤੋਲਿਆ ਜਾਂਦਾ ਹੈ ਜਾਂ ਉਹਨੂੰ ਪੇਰੈਂਟਸ ਦੇ ਨਾਲ ਤੋਲਿਆ ਜਾਂਦਾ ਹੈ ਮਤਲਬ ਉਮੀਦ ਅਸੀਂ ਕਹਿੰਨੇ ਆ 3 ਪੜਾਓ 3 ਬਚਾਓ ਲੇਕਿਨ 3 ਦੇ ਪੱਖ ਵਿੱਚ ਕੌਣ ਖੜਾ ਹੁੰਦਾ ਅੱਜ ਕੌਣ ਖੜਾ ਹੋ ਰਿਹਾ ਮੈਂ ਆਪਣੀ ਲੜਾਈ ਖੁਦ ਲੜੀ ਕੀ ਤੁਸੀਂ ਸਮਝਦੇ ਸਿਸਟਮ ਜੋ ਹੈਗਾ ਇਹ ਸਾਡੇ ਲਈ ਜੋ ਬਣਾਇਆ ਗਿਆ ਹੈ ਇਹ ਸਾਡੇ ਨਾਲ ਹੈ ਬਿਲਕੁਲ ਨਹੀਂ ਹੈ ਅੱਜ ਕਿਸਾਨ ਬੈਠੇ ਨੇ ਉਹ ਵੀ ਮੰਗ ਰਹੇ ਨੇ ਜੇ ਇੱਕ ਆਮ ਇਨਸਾਨ ਹੈ ਉਹ ਵੀ ਰੋ ਰਿਹਾ ਹੈ ਕਰੋਨਾ ਦੀ ਗੱਲ ਚੱਲਦੀ ਹੈ ਤਾਂ ਵੀ ਲੋਕ ਰੋਲੇ ਨੇ ਰੋ ਰਹੇ ਨੇ ਕੋਈ ਬੈੱਡ ਨਹੀਂ ਕੋਈ ਕੁਝ ਨਹੀਂ ਮਤਲਬ ਹਰ ਪਾਸੇ ਕਾਲੀ ਯੁਗ ਦਾ ਪਸਾਰਾ ਹੈ ਬਟ ਕਿਸੇ ਤੇ ਵਿਸ਼ਵਾਸ ਨਾ ਕਰੋ ਵਿਸ਼ਵਾਸ ਆਪਣੇ ਤੇ ਤੇ ਉਸ ਗੁਰੂ ਪ੍ਰਤੀ ਇਮਾਨਦਾਰੀ ਬਸ ਇਹੀ ਚਾਹੀਦੀ ਅੱਗੇ ਵਧਣ ਲਈ ਹੋਰ ਕੁਝ ਵੀ ਨਹੀਂ ਅਗਰ ਤੁਸੀਂ ਮੇਰੇ ਤੇ ਹੀ ਦੇਖ ਲਓ ਅਗਰ ਮੇਰੇ ਨਾਲ ਉਹ ਕਾਫੀ ਇਨਸੀਡੈਂਸ ਹੋਏ ਜੋ ਹੁੰਦਾ ਮੈਂ ਕਿਹਾ ਵਾਹਿਗੁਰੂ ਪਹਿਲਾਂ ਹੀ ਪਲਾਨ ਕਰਕੇ ਰੱਖਦਾ ਹੈ ਜੋ ਹੁੰਦਾ ਚੰਗਾ ਹੁੰਦਾ ਹੈ ਅਗਰ ਮੇਰੇ ਬੱਚਿਆਂ ਨੇ ਮੈਨੂੰ ਉਹ ਰਸਤਾ ਨਾ ਦਿਖਾਇਆ ਹੁੰਦਾ ਅਗਰ ਮੈਂ ਮਿਸਿਸ ਪੰਜਾਬ ਚ ਨਾ ਗਈ ਹੁੰਦੀ ਤੇ ਅੱਜ ਮੈਂ ਹਰਦੀਪਪੁਰ ਖਾਲਸਾ ਨਹੀਂ ਹੁੰਦੀ ਅੱਜ ਮੈਂ ਇੱਕ ਆਮ ਕਾਮਨ ਤੇ ਘਰੇਲੂ ਲੜਕੀ ਹੁੰਦੀ ਜਿਹੜੀ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਸੁਸਾਈਡ ਕਰ ਲੈਂਦੀ ਆਪਣੇ ਬੱਚਿਆਂ ਨੂੰ ਮਾਰ ਦਿੰਦੀ ਖੁਦ ਵੀ ਮਰ ਜਾਂਦੀ ਤਾਂ ਜਾਂ ਫਿਰ ਕੀ ਕਰਦੀ ਕਿਸੇ ਵੀ ਰੋੜ ਤੇ ਜਾਂ ਮਾਂ ਪਿਓ ਦੇ ਥੱਲੇ ਮਤਲਬ ਘਰਾਂ ਦੇ ਵਿੱਚ ਬੈਠ ਕੇ ਇੱਕ ਆਮ ਔਰ ਬੜੀ ਲੋ ਲੈਵਲ ਦੀ ਜ਼ਿੰਦਗੀ ਜਿੰਦੀ ਹੁੰਦੀ ਤਾਨਿਆਂ ਦੇ ਵਿੱਚ ਔਰਤ ਹੀ ਆਪਣੇ ਫਿਊਚਰ ਨੂੰ ਡਿਸਾਈਡ ਕਰ ਸਕਦੀ ਹੈ ਔਰ ਮੈਂ ਪਲੀਜ਼ ਰਿਕੁਐਸਟ ਕਰਾਂਗੀ ਕਿ ਇਹ ਸਿਸਟਮ ਚਾਹੇ ਉਹਦੇ ਵਿੱਚ ਪੇਰੈਂਟਸ ਵੀ ਆਉਂਦੇ ਨੇ ਉਹਦੇ ਵਿੱਚ ਸਾਡਾ ਪਰਿਵਾਰ ਵੀ ਆਂਦਾ ਹੈ ਸਿਸਟਮ ਵਿੱਚ ਪੁਲਿਸ ਵੀ ਆਉਂਦੀ ਹੈ ਸਰਕਾਰ ਵੀ ਆਉਂਦੀ ਹੈ ਸਿਧਾਂਤ ਵੀ ਆਉਂਦੇ ਨੇ ਸੰਵਿਧਾਨ ਵੀ ਆਂਦਾ ਹੈ ਔਰ ਸਮਾਜ ਵੀ ਆਂਦਾ ਹੈ ਔਰਤ ਨੂੰ ਅੱਗੇ ਵਧਾਨ ਦੇ ਵਿੱਚ ਇਹਨਾਂ ਸਾਰਿਆਂ ਦਾ ਸਾਥ ਚਾਹੀਦਾ ਇੱਕ ਦਾ ਨਹੀਂ ਔਰਤ ਥੰਮ ਜ਼ਰੂਰ ਹੈ ਲੇਕਿਨ ਇਹ ਲੋਕ ਨੂੰ ਮਜ਼ਬੂਤੀ ਦਿੰਦੇ ਨੇ ਅਗਰ ਇਹ ਹੀ ਸਿਸਟਮ ਨਹੀਂ ਹੈ ਸੰਵਿਧਾਨ ਵਿੱਚ ਤੁਸ ਲਿਖਿਆ ਗਿਆ ਹੈ ਕਿ ਔਰਤ ਦੇ ਆ ਰਾਈਟਸ ਨੇ ਔਰਤ ਨੂੰ ਜ਼ੁਲਮ ਕੀਤਾ ਜਾਏਗਾ ਤੇ ਇਹ ਕਾਨੂੰਨ ਪਾਸ ਕੀਤਾ ਜਾਂਦਾ ਹੈ ਇਹ ਪਰਚੇ ਹੋਣਗੇ ਇਹ ਹੋਣਗੇ ਮਤਲਬ ਬੜਾ ਕੁਛ ਹੈ ਤੁਸੀਂ ਸੰਵਿਧਾਨ ਨੂੰ ਅਗਰ ਦੇਖੋ ਤੇ ਔਰਤ ਦੇ ਹੱਕ ਵਿੱਚ ਬੜਾ ਕੁਛ ਲਿਖਿਆ ਹੋਇਆ ਹੈ ਲੇਕਿਨ ਇਨਸਾਫ ਕਿਧਰੇ ਨਹੀਂ ਚਾਰ ਚਾਰ ਚੰਦ ਨੋਟਾਂ ਵਿੱਚ ਅੱਜ ਈਮਾਨ ਵਿਕਦੇ ਪਏ ਨੇ ਟੇਬਲ ਅੰਡਰ ਟੇਬਲ ਬੜੇ ਕੰਮ ਹੋ ਰਹੇ ਨੇ ਅੱਜ ਵੀ ਔਰਤ ਰੋ ਰਹੀ ਹੈ ਕੱਲ ਵੀ ਰੋ ਰਹੀ ਸੀ ਕੀ ਕਰਨਾ ਹੈ ਵਜੇ ਸਾਇੰਸ ਦਾ ਐਵ ਜੀ ਐਜੂਕੇਸ਼ਨ ਦਾ ਐਵ ਜੀ ਜਿਹੜੀ ਸੋਸਾਇਟੀ ਅੱਗੇ ਐਡਵਾਂਸ ਹੋ ਰਹੀ ਹੈ ਆਪਾਂ ਕੀ ਕਰਨਾ ਹੈ ਵਜੇ ਸਮਾਜ ਦਾ ਤੁਸੀਂ 21ਵੀਂ ਸਦੀ ਤੇ ਆ ਕੇ ਵੀ ਤੁਸੀਂ 16ਵੀਂ ਸਦੀ ਤੋਂ ਵੀ ਬੱਤਰ ਹੋ ਬੱਤਰ ਉਹ ਮੈਂ ਬੱਤਰ ਹੀ ਕਹਾਂਗੀ ਸਾਡੀ ਸੋਚ ਬਹੁਤ ਨੀਵੀਂ ਜਾ ਚੁੱਕੀ ਹੈ ਅਸੀਂ ਜਿੰਨਾ ਉੱਚੇ ਹੈ ਨਾ ਸੁੰਨਾ ਹੀ ਨੀਵਾ ਵੇਖਦੇ ਆ ਇਹ ਉਹਨਾਂ ਹੀ ਨੀਵਾ ਵੇਖਣ ਲੱਗ ਪਏ ਨੇ ਸੋ ਮੈਂ ਤੇ ਇਹੀ ਕਹਾਂਗੀ ਕਿ ਔਰਤ ਨੂੰ ਖੁਦ ਆਪਣਾ ਮool ਪਛਾਣਨਾ ਚਾਹੀਦਾ ਗੁਰੂ ਪਾਸ਼ਾ ਨੇ ਕਿਹਾ ਬੰਦੇ ਆਪਣਾ ਮool ਪਛਾਣ ਗੁਰੂ ਪਾਸ਼ਾ ਨੇ ਬਹੁਤ ਕੁਝ ਕੀਤਾ ਔਰਤ ਲਈ ਸੋ ਕਿਉਂ ਬੰਦਾ ਆਖੀਏ ਜਿਤ ਜਮੇ ਰਾਜਾਂ ਤਨ ਸੋ ਜਨਨੀ ਜਿਨ ਗੁਰੂ ਜਣੀਆਂ ਤੁਸੀਂ ਉਸ ਔਰਤ ਨੂੰ ਤੱਕੇ ਮਾਰਦੇ ਜਿਨੇ ਤੁਹਾਨੂੰ ਵੰਸ਼ ਦਿੱਤਾ ਜਿਨੇ ਗੁਰੂ ਰਾਜਿਆਂ ਮਹਾਰਾਜਾਂ ਨੂੰ ਜਨਮ ਦਿੱਤਾ ਕਿਉਂ ਔਰਤ ਖਰਾਬ ਹੈ ਕਿਉਂ ਔਰਤ ਗਲਤ ਹੈ ਕੋਈ ਵੀ ਔਰਤ ਅਗਰ ਗਲਤ ਹੁੰਦੀ ਹੈ ਨਾ ਤਾਂ ਉਹਨੂੰ ਗਲਤ ਕਰਨ ਵਾਲੇ ਉਹ ਸਮਾਜ ਦੇ ਲੋਕ ਹੁੰਦੇ ਨੇ ਉਹਦੇ ਆਸ-ਪਾਸ ਦੇ ਲੋਕ ਹੁੰਦੇ ਨੇ ਕੋਈ ਵੀ ਔਰਤ ਕਦੀ ਗਲਤ ਕਦਮ ਨਹੀਂ ਚੁੱਕਦੀ ਉਹਨੂੰ ਮਜਬੂਰ ਕੀਤਾ ਜਾਂਦਾ ਹੈ ਲੇਕਿਨ ਅਗਰ ਸਹੀ ਬੁੱਧੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਉਹ ਔਰਤ ਸਹੀ ਪਾਸੇ ਵੀ ਰਸਤਾ ਲੱਭ ਸਕਦੀ ਹੈ ਲੇਕਿਨ ਉਹ ਆਪਣੇ ਵੀ ਸੋਚ ਦਾ ਇੱਕ ਪੋਜ਼ਿਟਿਵ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਆਪਣੀ ਸੋਚ ਵਿੱਚ ਸਹੀ ਗਲਤੀ ਪਛਾਨ ਹੋਣੀ ਚਾਹੀਦੀ ਹੈ ਔਰ ਔਰਤ ਵਿੱਚ ਐਨੀ ਸਿਕਸ ਸੈਂਸ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਇਸ ਪਾਸੇ ਜਾਵਾਂਗੀ ਔਰ ਜਾਂ ਕੋਈ ਇਸ ਪਾਸੇ ਨਹੀਂ ਜਾਂਦੀ ਤੇ ਮੇਰਾ ਕੀ ਲਾਸ ਹੈ ਕੀ ਪ੍ਰੋਫਿਟ ਹੈ ਔਰਤ ਨੂੰ ਖੁਦ ਇਹ ਗੱਲ ਸਮਝਣੀ ਚਾਹੀਦੀ ਹੈ ਮਜਬੂਰੀ ਨਾਲੋਂ ਮਰਨਾ ਬੈਟਰ ਹੈ ਮਜਬੂਰ ਹੋ ਕੇ ਗਲਤ ਕਰਨ ਨਾਲੋਂ ਤੁਸੀਂ ਵੈਸੇ ਹੀ ਮਰ ਚੁੱਕੇ ਹੋ ਗਲਤ ਕਰਕੇ ਇਹ ਨਾਲੋਂ ਬੈਟਰ ਹੈ ਤੁਸੀਂ ਸਹੀ ਰਸਤਾ ਚੁਣੋ ਮੁਸ਼ਕਿਲ ਹੋਏਗਾ ਲੇਕਿਨ ਸ਼ਾਰਟਕਟ ਨਾਲ ਨਾ ਲਓ ਲੰਮਾ ਪੈਂਦਾ ਤੋਰ ਲੋ ਚਾਰ ਕਦਮ ਨੰਮੇ ਹੀ ਹੋ ਜਾਣਗੇ ਲੇਕਿਨ ਇੱਜ਼ਤ ਦੇ ਹੋਣਗੇ ਤੁਸੀਂ ਸਿਰ ਚੁੱਕ ਕੇ ਤੁਰੋਗੇ ਬੋਲਣ ਵਾਲੇ ਬੋਲਦੇ ਲੇਕਿਨ ਤੁਹਾਡਾ ਸਿਰ ਉੱਚਾ ਆਏਗਾ ਸਗੁਰੂ ਅਗੇ ਲੇਕਿਨ ਅਗਰ ਰਸਤਾ ਗਲਤ ਚੁਣ ਲੋਗੇ ਲੋਕ ਤੇ ਫਿਰ ਵੀ ਬੋਲਣਗੇ ਲੇਕਿਨ ਤੁਸੀਂ ਆਪਣੀ ਅੱਖਾਂ ਤੋਂ ਗਿਰ ਜਾਓਗੇ ਅਸੀਂ ਗੁਰੂ ਨਾਲ ਅੱਖਾਂ ਨਹੀਂ ਮਿਲਾਓਗੇ ਅ ਨੈਕਸਟ ਤੁਹਾਡੇ ਜਿਹੜਾ ਫਿਊਚਰ ਪਲਾਨ ਜਿਹੜੇ ਹੈਗੇ ਆ ਉਹ ਕੀ ਹੈਗੇ ਆ ਹਾਂਜੀ ਫਿਊਚਰ ਪਲਾਨਸ ਇਹ ਹੈ ਕਿ ਮੇਰੀ ਖੁਦ ਦੀ ਪ੍ਰੋਡਕਸ਼ਨ ਹੈ ਗੁਰਕਿਰਪਾ ਫਿਲਮਜ਼ ਐਂਡ ਐਂਟਰਟੇਨਮੈਂਟ ਉਹਦੇ ਅੰਡਰ ਮੈਂ ਖਾਸ ਤੌਰ ਤੇ ਵੈਸੇ ਤੇ ਗੁਰਸਿੱਖਾਂ ਲਈ ਕਰਨਾ ਤੇ ਪੂਰੀ ਇਨਸਾਨੀਅਤ ਮਾਨਵਤਾ ਲਈ ਚਾਹੀਦੀ ਆ ਬਟ ਕੁਝ ਖਾਸੋ ਕੀ ਮੈਂ ਉਸ ਟਾਈਮ ਤੋਂ ਨਿਕਲ ਚੁੱਕੀ ਆ ਉਹਨਾਂ ਆਪਣੀਆਂ ਬੀਬੀਆਂ ਆਪਣਾ ਭੈਣਾ ਦੇ ਲਈ ਆਪਰਚੂਨਿਟੀਆਂ ਲੈ ਕੇ ਆ ਰਹੀਆਂ ਜਿਹੜੀਆਂ ਅੱਗੇ ਵਧਣਾ ਚਾਹੁੰਦੀਆਂ ਨੇ ਮੇਰੀ ਐਜ਼ ਅ ਫੈਸ਼ਨ ਡਿਜ਼ਾਈਨਰ ਮੈਂ ਐਂਡ ਐਜ਼ ਅ ਕੋਸਮਟੋਲੋਜਿਸਟ ਫ੍ਰੀ ਐਜੂਕੇਸ਼ਨ ਦੇ ਰਹੀਆਂ ਲੜਕੀਆਂ ਨੂੰ ਜੋ ਕਿ ਕਿਸੇ ਨਾ ਕਿਸੇ ਪਾਸਿਓਂ ਅ ਅਧੂਰੀਆਂ ਨੇ ਕਹ ਲੋ ਸਿੰਗਲ ਮਦਰ ਨੇ ਜਾਂ ਸਮਾਜ ਤੋਂ ਠੁਕਰਾਈਆਂ ਹੋਈਆਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ ਜੇ ਕਿਸੇ ਪਰਿਵਾਰ ਵਿੱਚ ਚਾਰ-ਚਾਰ ਧੀਆਂ ਨੇ ਉਹਨਾਂ ਦੀ ਇੰਨੀ ਨਹੀਂ ਹੈਗੀ ਇਨਕਮ ਸੋਰਸ ਨਹੀਂ ਹੈ ਆਪਣੇ ਬੱਚੇ ਨੂੰ ਨਹੀਂ ਸਟੈਂਡ ਕਰ ਸਕਦੇ ਸੋ ਮੈਂ ਅੱਜ ਤੁਹਾਡੇ ذریعے ਵੀ ਇਹ ਗੱਲ ਕਹਿਣੀ ਹੈ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਧੜੀਆਂ ਧੀਆਂ ਨੂੰ ਨੀਡ ਹੈ ਸਟੈਂਡ ਹੋਣ ਦੀ ਕੰਮ ਦੀ ਅਰਨਿੰਗ ਦੀ ਤਾਂ ਪਲੀਜ਼ ਤੁਸੀਂ ਕਰੋ ਮੈਂ ਫ੍ਰੀ ਐਜੂਕੇਸ਼ਨ ਵੈਗੂ ਦੀ ਕਿਰਪਾ ਨਾਲ ਫ੍ਰੀ ਐਜੂਕੇਸ਼ਨ ਦੇਈ ਜਾ ਰਹੀ ਹੈ ਔਰ ਅਗਰ ਐਜ਼ ਅ ਫੈਸ਼ਨ ਡਿਜ਼ਾਈਨਰ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਅਗਰ ਤੁਸੀਂ ਕੋਸਮਟੋਲੋਜੀਸ ਅੱਗੇ ਜਾਣਾ ਚਾਹੁੰਦੇ ਤਾਂ ਵੀ ਤੁਹਾਡੇ ਨਾਲ ਹੈ ਅਗਰ ਤੁਸੀਂ ਮੀਡੀਆ ਲਾਈਨ 'ਚ ਕੁਝ ਕਰਨਾ ਚਾਹੁੰਦੇ ਤਾਂ ਵੀ ਮੈਂ ਤੁਹਾਡੇ ਨਾਲ ਹੈ ਤੁਹਾਡੇ ਲਈ ਓਪਰਚ्युनिटीज ਬਹੁਤ ਨੇ ਸਿਰਫ ਆਪਣੀ ਕਮਰ कसो ਤਿਆਰ ਹੋਵੋ ਰੈਡੀ ਹੋਵੋ ਕਿਉਂਕਿ ਕੋਈ ਗਲਤ ਨਹੀਂ ਹੈ ਕਿਤੇ ਵੀ ਕੁਝ ਵੀ ਗਲਤ ਨਹੀਂ ਹੈ ਜਦੋਂ ਤੱਕ ਤੁਸੀਂ ਸਹੀ ਹੋ ਬਸ ਇਸ ਗੱਲ ਨੂੰ ਧਾਰਨ ਕਰੋ ਔਰ ਮੈਂ ਮੈਂ ਬਾਲਾਜੀ ਵੱਲੋਂ ਜਿਹੜਾ ਵਰਕ ਕਰਨ ਜਾ ਰਹੀ ਹਾਂ ਉਹਦੇ ਵਿੱਚ ਬੜੇ ਅੱਛੇ ਪ੍ਰੋਜੈਕਟ ਆ ਰਹੇ ਨੇ ਕਿਉਂਕਿ ਪੰਜਾਬ ਪ੍ਰੋਪਰ ਮੇਰੇ ਅੰਡਰ ਹੈ ਔਰ ਅਸੀਂ ਸਾਡੇ ਬਾਲਾਜੀ ਦੇ ਜਿਹੜੇ ਸਰ ਹੈਗੇ ਆ ਜੋ ਵੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਬਹੁਤ ਹੀ ਜ਼ਿਆਦਾ ਉਹ ਕੋਆਪਰੇਟ ਕਰਦੇ ਨੇ ਆਪਣੇ EMPLOYEES ਦੇ ਨਾਲ ਔਰ ਜੋ ਵੀ ਉਹਨਾਂ ਦੇ ਨਾਲ ਜੁੜੇ ਨੇ ਟੀਮ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ ਸੋ ਅਸੀਂ ਕੁਝ ਪ੍ਰੋਜੈਕਟਸ ਰੈਡੀ ਕੀਤੇ ਨੇ ਬਹੁਤ ਜਲਦੀ ਆ ਰਹੇ ਨੇ ਔਰ ਹੌਲੀ-ਹੌਲੀ ਤੁਹਾਨੂੰ ਦੱਸਿਆ ਜਾਵਾਂਗੇ ਆਪਣੇ ਬਾਲਜ ਦੇ ਅੰਡਰ ਵੀ ਔਰ ਆਪਣੀ ਮੇ پروفਾਈਲ ਦੇ ਅੰਡਰ ਵੀ ਦੱਸ ਦੇ ਜਾਵਾਂਗੇ ਆਪਾਂ ਕਿਹੜੇ ਕਿਹੜੇ ਪ੍ਰੋਜੈਕਟ ਕਰ ਰਹੇ ਆਂ ਔਰ ਇੱਕ ਸ਼ੋਅ ਹੋਰ ਵੀ ਹੋਣ ਜਾ ਰਿਹਾ ਹੈ ਰਿਐਲਿਟੀ ਸ਼ੋਅ ਹੈ ਅਸੀਂ ਉਹਦੇ ਵਿੱਚ ਉਹਨਾਂ ਬੀਬੀਆਂ ਪੈਣਾ ਦੀ ਸਟੋਰੀ ਨੂੰ ਲੈ ਕੇ ਆਵਾਂਗੇ ਜਿਨ੍ਹਾਂ ਨੇ ਲਾਈਫ 'ਚ ਸਟਰਗਲ ਕੀਤੀ ਹੈ ਬਹੁਤ ਜ਼ਿਆਦਾ ਉਹਨਾਂ ਦੇ ਇੰਟਰਵਿਊਜ਼ ਕਰਵਾਵਾਂਗੇ ਔਰ ਅਗਰ ਕਿਸੇ ਦੀ ਨੀਡ ਹੈ ਉਹਨੂੰ ਇਨਸਾਫ ਨਹੀਂ ਮਿਲਿਆ ਕੋਈ ਪ੍ਰੋਬਲਮ ਚੱਲ ਰਹੀ ਓਹਦੇ ਨਾਲ ਔਰ ਉਹਨੂੰ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਇੰਟਰਵਿਊ ਲਈ ਜਾਏ ਉਹਨਾਂ ਦੀ ਪ੍ਰੋਬਲਮਸ ਨੂੰ ਸਾਰੇ ਸਮਾਜ ਸਾਹਮਣੇ ਰੱਖਿਆ ਜਾਏ ਤੇ ਉਹਨੂੰ ਹੱਲ ਵੀ ਕਰਾਇਆ ਜਾਏ ਸਾਡੀ ਕੋਸ਼ਿਸ਼ ਰਹੇਗੀ ਬਾਕੀ ਪ੍ਰੋਜੈਕਟਸ ਤੇ ਚੱਲਦੇ ਰਹਿਣਗੇ ਫਿਲਮ ਸ਼ੂਟਸ ਸੀਰੀਅਲ ਸ਼ਾਰਟ ਮੂਵੀਜ਼ ਵਗੈਰਾ ਐਂ ਆਣਗੇ ਅੱਗੇ ਤਾਂ ਜਿਹਦੇ ਵਿੱਚ ਅਸੀਂ ਫਰੈਸ਼ਰਸ ਨੂੰ ਟਾਈਮ ਮੌਕਾ ਦਵਾਂਗੇ ਐ ਨਹੀਂ ਕਿ ਅਸੀਂ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਆਲਰੇਡੀ ਅੱਗੇ ਜਾ ਚੁੱਕੇ ਉਹਨਾਂ ਨੂੰ ਦਵਾਂਗੇ ਜਿਹੜੇ ਅੱਗੇ ਆਣਾ ਚਾਹੁੰਦੇ ਨੇ ਉਹ ਕਾਬਿਲ ਨੇ ਕਾਬਿਲ ਨੇ ਜੀ ਮੇਰਾ ਲਾਸਟ ਸਵਾਲ ਹੈ ਜੀ ਕਿ ਬੋਲੀਹੋਲੀ ਬਾਬਾ ਚੈਨਲ ਜਿਹੜਾ ਹੈਗਾ ਇਹਨੇ ਹਮੇਸ਼ਾ ਹੀ ਕੋਸ਼ਿ ਚੇਕ ਚਿਤਾ ਨੂੰ ਪਰਦੇ ਤੇ ਲਿਆਂਦਾ ਜਾਵੇ ਲੋਕਾਂ ਤੱਕ ਲਿਆਂਦਾ ਜਾਵੇ ਦਰਸ਼ੀਆਂ ਤੱਕ ਲਿਆਂਦਾ ਜਾਵੇ ਕਿ ਜਿਨ੍ਹਾਂ ਨੇ ਕੁਝ ਆਪਣੀ ਲਾਈਫ ਦੇ ਵਿੱਚ ਅਚੀਵ ਕੀਤਾ ਹੈ ਚਾਹੇ ਉਹ ਲੜਕੀ ਹੋਵੇ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਚੈਨਲ ਬਾਰੇ ਵੀ ਕਿਉਂਕਿ ਅਸੀਂ ਉਸ ਤਰ੍ਹਾਂ ਦੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਏ ਆ ਜਿਨ੍ਹਾਂ ਨੇ ਕਿ ਕਦੀ ਵੀ ਸਕਰੀਨ ਤੇ ਕਦੀ ਬੋਲ ਕੇ ਨਹੀਂ ਸੀ ਦਿਖਿਆ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਤਾਂ ਤੁਹਾਡੀ ਸੋਚ ਨੂੰ ਸਲਾਮ ਹੈ ਕਿਉਂਕਿ ਤੁਸੀਂ ਇਸ ਗੱਲ ਨੂੰ ਸੋਚਿਆ ਬਹੁਤ ਘੱਟ ਹੀ ਹੈ ਚੈਨਲ ਜਿਹੜੇ ਸੋਚਦੇ ਨੇ ਔਰ ਕਰਕੇ ਵਿਖਾਉਂਦੇ ਨੇ ਤੁਸੀਂ ਸੋਚਿਆ ਵੀ ਤੇ ਕਰਕੇ ਵੀ ਦਿਖਾਇਆ ਕਿਸੇ 'ਚ ਹਿੰਮਤ ਨਹੀਂ ਹੈ ਕਿ ਕਿਸੇ ਦੀ ਕਿਉਂਕਿ ਚਾਹੇ ਉਹ ਜ਼ਮੀਨ ਤੋਂ ਉੱਠ ਕੇ ਜਿਹੜਾ ਵੀ ਅਰਸ਼ਾਂ ਤੇ ਪਹੁੰਚਦਾ ਆਖਿਰ ਉੱਥੇ ਤਾਂ ਜ਼ਮੀਨ ਤੋਂ ਹੀ ਹੁੰਦਾ ਹੈ ਨਾ ਉਹਨੇ ਹਰ ਹਾਲਾਤ ਦਾ ਸਾਹਮਣਾ ਕੀਤਾ ਹੁੰਦਾ ਹੈ ਤੇ ਕੋਈ ਵੀ ਚੈਨਲ ਇਹਨਾਂ ਚੀਜ਼ਾਂ ਤੋਂ ਡਰਦਾ ਹੈ ਕਿਸੇ ਦੀ ਲਾਈਫ ਨੂੰ ਸ਼ੇਅਰ ਕਰਨਾ ਔਰ ਕਿਸੇ ਦੀ ਪ੍ਰੋਬਲਮਸ ਨੂੰ ਅੱਗੇ ਰੱਖਣਾ ਉਹ ਨਹੀਂ ਚਾਹੁੰਦੇ ਕਿ ਸਾਡੀ ਚੈਨਲ ਦੀ ਕੋਈ ٹی ਆਰ ਪੀ ਵਗੈਰਾ ਘੱਟ ਹੋਵੇ ਲੇਕਿਨ ਤੁਸੀਂ ਸੋਚਿਆ ਇਸ ਗੱਲ ਨੂੰ ਕਿ ਨਹੀਂ ਇਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਇਹਨਾਂ ਪ੍ਰੋਬਲਮਸ ਨੂੰ ਕਿਉਂਕਿ ਅਸੀਂ ਸਾਡੇ ਵੀ ਗ੍ਰੰਥਾਂ ਵਿੱਚ ਲਿਖਿਆ ਹੋਇਆ ਜਾਂ ਸਾਡੇ ਗੁਰੂ ਦਾ ਵੀ ਹੁਕਮ ਹੈ ਕਿ ਪੜਨਾ ਚਾਹੀਦਾ ਹੈ ਧਾਰਮਿਕ ਗ੍ਰੰਥ ਪੜਨੇ ਚਾਹੀਦੇ ਨੇ ਵੱਡੇ ਵੱਡੇ ਲੋਕ ਉਹਨਾਂ ਦੀਆਂ ਸਟੋਰੀਜ਼ ਨੂੰ ਪੜਨਾ ਚਾਹੀਦਾ ਹੈ ਉਹਨਾਂ ਦੇ ਜੀਵਨੀਆਂ ਨੂੰ ਪੜਨਾ ਚਾਹੀਦਾ ਹੈ ਲੇਕਿਨ ਅੱਜ ਕਾ ਸਮਾਂ ਨਹੀਂ ਹੈ ਲੋਕਾਂ ਕੋਲ ਉਹ ਪੜਨ ਦਾ ਬੱਚੇ ਫ੍ਰੀ ਤੇ ਜ਼ਰੂਰ ਨੇ ਲੇਕਿਨ ਪੜ ਨਹੀਂ ਸਕਦੇ ਅੱਜ ਕਾ ਸਭ ਦੇ ਹੱਥਾਂ 'ਚ ਮੋਬਾਈਲ ਹੈ ਨੈਟਵਰਕ ਹੈ ਸੋਸ਼ਲ ਮੀਡੀਆ ਹੈ ਤੇ ਸੋਸ਼ਲ ਮੀਡੀਆ ਬਹੁਤ ਅੱਛਾ ਜ਼ਰੀਆ ਹੈ ਕਿਉਂਕਿ ਬੁੱਕਸ ਕੋਈ ਨਹੀਂ ਪੜਦਾ ਇਹ ਹੀ ਚੀਜ਼ਾਂ ਦੇਖਦੇ ਹਰ ਕੋਈ ਪਰ ਤੁਸੀਂ ਬੁੱਕਸ ਨੂੰ ਕੱਟ ਕਰਕੇ ਇੱਕ ਜਾਗਦੀ ਹੋਈ ਕਿਤਾਬ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਹੈ ਪਰ ਬਹੁਤ ਕੁਝ ਸਿੱਖਾ ਨੂੰ ਮਿਲੇਗਾ ਅੱਜ ਦੀ ਜਨਰੇਸ਼ਨ ਨੂੰ ਔਰ ਸਮਾਜ ਨੂੰ ਤੁਹਾਡੀ ਇਸ ਕੋਸ਼ਿਸ਼ ਦੇ ਨਾਲ ਕਿਉਂਕਿ ਹਰ ਇਨਸਾਨ ਦੇ ਜੀਵਨ 'ਚ ਜੋ ਉਤਾਹ ਚੜਾ ਆਉਂਦੇ ਨੇ ਉਹਦੇ ਤੋਂ ਕਿਵੇਂ ਉੱਭਰਨਾ ਹੈ ਕਿਵੇਂ ਨਿਕਲਣਾ ਹੈ ਕਿਵੇਂ ਹਿੰਮਤ ਦਾ ਜੁਗਾਰ ਕਰਕੇ ਉਹਨੂੰ ਅੱਗੇ ਲੈ ਕੇ ਜਾਣਾ ਆਪਣੇ ਆਪ ਨੂੰ ਉਹ ਚੀਜ਼ਾਂ ਇੱਕ ਆਮ ਇਨਸਾਨ ਨੂੰ ਬੜਾ ਹਿੰਮਤ ਤੇ ਹੌਸਲਾ ਦੇਣਗੀਆਂ ਉਹਨਾਂ ਨੂੰ ਨਵਾਂ ਰਸਤਾ ਦਿਖਾਣੀਆਂ ਤੁਹਾਡੀ ਇਹ ਕੋਸ਼ਿਸ਼ ਤੁਹਾਡਾ ਇਹ ਉਪਰਾਲਾ ਕਿਸੇ ਨਾ ਕਿਸੇ ਦੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਕਿਸੇ ਨੂੰ ਰਸਤਾ ਮਿਲ ਸਕਦਾ ਹੈ ਕਿਸੇ ਵੀ ਬੁਝੇ ਹੋਏ ਦਿਲ ਦਾ ਚਿਰਾਗ ਜਗ ਸਕਦਾ ਸੋ ਬਹੁਤ ਅੱਛੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਔਰ ਮੈਂ ਇਸ ਚੈਨਲ ਨੂੰ ਥੈਂਕਸ ਵੀ ਕਰਾਂਗੀ ਕਿ ਮੈਨੂੰ ਬੁਲਾਇਆ ਔਰ ਇਸ ਕਾਬਿਲ ਸਮਝਿਆ ਕਿ ਮੈਂ ਤੁਹਾਡੇ ਰੂਬਰੂ ਹੋ ਕੇ ਗੱਲ ਕਰ ਸਕਾਂ ਔਰ ਵਿਚਾਰ ਸਾਂਝੇ ਕਰ ਸਕਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੈਨੂੰ ਬੁਲਾਇਆ ਇਸ ਲਈ ਬਹੁਤ ਬਹੁਤ ਧੰਨਵਾਦ ਔਰ ਮੈਂ ਆਪਣੇ ਵਿਊਅਰਸ ਨੂੰ ਵੀ ਕਹਾਂਗੀ ਕਿ ਤੁਸੀਂ ਪਲੀਜ਼ ਇਸ ਚੈਨਲ ਦਾ ਵੀ ਸਪੋਰਟ ਕਰੋ ਕਿਉਂਕਿ ਚੰਗੀ ਗੱਲ ਦਾ ਸਪੋਰਟ ਕਰਨਾ ਚਾਹੀਦਾ ਹੈ ਉਹ ਤੁਹਾਡਾ ਨਹੀਂ ਤੇ ਕੀ ਹੋ ਗਿਆ ਲੇਕਿਨ ਜੋ ਤੁਹਾਡੇ ਹੱਕ ਵਿੱਚ ਬੋਲ ਰਿਹਾ ਤੁਹਾਡੇ ਲਈ ਬਣਿਆ ਹੋਇਆ ਉਹ ਤੁਹਾਡਾ ਹੀ ਹੈ ਉਹੀ ਤੁਹਾਡਾ ਤੇ ਉਹਦਾ ਸਪੋਰ ਔਰ ਤੁਸੀਂ ਅ ਦੇਖਿਆ ਕਰੋ ਐਵ ਜੀਆਂ ਛੱਡ ਦਿਓ ਫਿਲਮਸ ਵਗੈਰਾ ਵੈਸੀਆਂ ਅਸੀਂ ਵੀ ਫਿਲਮ ਲਾਈਨ ਚ ਹਾਂ ਲੇਕਿਨ ਉਹ ਚੀਜ਼ਾਂ ਨੂੰ ਦੇਖਣਾ ਬੰਦ ਕਰੋ ਜੋ ਤੁਹਾਡੇ ਲਈ ਕਿਸੇ ਕੰਮ ਦੀਆਂ ਨਹੀਂ ਹੈ ਉਹ ਚੀਜ਼ਾਂ ਨੂੰ ਦੇਖੋ ਜੋ ਤੁਹਾਡੇ ਤੁਹਾਡਾ ਵਿਕਾਸ ਕਰਦੀਆਂ ਨੇ ਤੁਹਾਡੇ ਦਿਮਾਗ ਨੂੰ ਤੁਹਾਡੇ ਬ੍ਰੇਨ ਨੂੰ ਤੁਹਾਡੀ ਸੋਚ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਔਰ ਤੁਸੀਂ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਇਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈਆਂ ਰਜੀਪ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੈਂ ਸਾਡੀ ਚੈਨਲ ਨੂੰ ਟਾਈਮ ਦੇਣ ਵਾਸਤੇ ਔਰ ਅਸੀਂ ਉਸ ਪਰਮਾਤਮਾਗੇ ਅਰਦਾਸ ਕਰਾਂਗੇ ਕਿ ਤੁਸੀਂ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੋ। ਥੈਂਕ ਯੂ। ਥੈਂਕ ਯੂ। ਇਹ ਹਨ ਹਰਦੀਪ ਕੌਰ ਜੀ ਔਰ ਜਿਹੜੇ ਇੱਕ ਸਿੱਖ ਮਾਡਲ ਦੇ ਨਾਂ ਤੇ ਜਿਹੜੇ ਹੈਗੇ ਲੋਕਾਂ ਦੇ ਵਿੱਚ ਜਾਣੇ ਜਾਂਦੇ ਨੇ ਔਰ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਲੜਕੀਆਂ ਨੂੰ ਉਹਨਾਂ ਔਰਤਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਅੱਗੇ ਵਧਣ ਦੀ ਵੀ ਜਿਹੜੀ ਹੈਗੀ ਹੈ ਪ੍ਰੇਰਨਾ ਦਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਜਿਹੜੀ ਹੈਗੀ ਆ ਪ੍ਰੇਰਨਾ ਦੇ ਸਰੋਤ ਤੇ ਅੱਗੇ ਵਧ ਸਕਦੇ ਜੀ ਔਰ ਇਸੇ ਹੀ ਤਰ੍ਹਾਂ ਸੀ ਹੋਰ ਵੀ ਸਿੱਖਿਸ਼ਤਾਂ ਤੁਹਾਨੂੰ ਮਿਲਾਂ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਵੀਵਰ ਨੂੰ ਬੇਨਤੀ ਕਰਾਂਗਾ ਕਿ ਅਗਰ ਤੁਹਾਨੂੰ ਜਿਹੜਾ ਇਹ ਵਾਲਾ ਇੰਟਰਵਿਊ ਤੁਸੀਂ ਸੁਣਿਆ ਅਗਰ ਚੰਗਾ ਲੱਗਾ ਨਾ ਤੇ ਚੰਗੇ ਕਮੈਂਟ ਜ਼ਰੂਰ ਦੇਣਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਗਰ ਕੋਈ ਲੜਕੀ ਜਾਂ ਔਰਤ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ ਤਾਂ ਬਹੁਤ ਸਾਰੇ ਕੁਝ 네ਗੇਟਿਵ ਕਮੈਂਟਸ ਵੀ ਸਾਨੂੰ ਵੇਖਣ ਨੂੰ ਮਿਲਦੇ ਆ ਔਰ ਉਹਦੇ ਨਾਲ ਜਿਹੜਾ ਹੈਗਾ ਜੋ ਵੀ ਔਰਤਾਂ ਲੜਕੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ ਉਹਦਾ ਹੌਸਲਾ ਜਿਹੜਾ ਹੈਗਾ ਹੋਰ ਵੀ ਟੁੱਟ ਜਾਂਦਾ ਹੈ ਔਰ ਅਸੀਂ ਉਮੀਦ ਕਰਾਂਗੇ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਉਹ ਚੰਗੇ ਕਮੈਂਟਸ ਹੀ ਇਸ ਪ੍ਰਤੀ ਦੇਣਗੇ ਔਰ ਚੰਗੀ ਇੱਕ ਸਾਨੂੰ رائے ਵੀ ਦੇਣਗੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਭਿੰਦਰ ਸਿੰਘ ਬੋਲੀ ਹੋਲੀ ਬਾਬਾ ਚੈਨਲ ਅੰਮ੍ਰਿਤਸਰ